ਨਹੀਂ ਇਹ ਉਸਤਾਦ ਸਾਹਿਬ ਕਿੱਥੋਂ ਲੱਭੇ ਜਿਹੜੇ ਤੁਹਾਡੇ ਕੋਲ ਕੁਛ ਲੈਂਦੇ ਹੀ ਨੀਗੇ ਤਾਂ ਬੱਚੇ ਵੀ ਫ੍ਰੀ ਦਿੰਦੇ ਆ ਇਹ ਨਾਲ ਹੀ ਲੈਣ ਆਏ ਹਾਂ ਦੇਖੋ ਨਾ ਗੱਲਾਂ 'ਚੋਂ ਗੱਲ ਨਿਕਲਦੀ ਹੁੰਦੀ ਆ ਜੀ ਕਬੂਤਰ ਫੜੋ ਤੁਸੀਂ ਅਤੇ ਭਾਈ ਜਿਸ ਤਰ੍ਹਾਂ ਉਸ ਕਬੂਤਰ 'ਚ ਕੁਆਲਿਟੀ ਸੀ ਨਾ ਹਾਂਜੀ ਸੇਮ ਕੁਆਲਿਟੀ ਇਸ ਕਬੂਤਰ ਦੇ ਵਿੱਚ ਹੈਗੀ ਆ ਦਿਨ ਵੀ ਕਿਤੇ 10 ਦਿਨ ਵੀ ਰੁਲਦਾ ਰਹੇ ਨਾ ਇਹ ਕਿਸੇ ਦੇ ਘਰ ਨਹੀਂ ਕਬੂਤਰਾਂ 'ਚ ਨਹੀਂ ਬੈਠੇਗਾ ਲੇਕਿਨ ਇਹ ਪੱਕਾ ਨਹੀਂ ਹੈਗਾ ਜਿਸ ਤਰ੍ਹਾਂ ਤੁਹਾਡਾ ਉਹ ਕਾਲਾ ਜ਼ਾਕ ਕਬੂਤਰ ਹੈ ਨਾ ਉਸ ਤਰ੍ਹਾਂ ਇਹ ਪੱਕਾ ਨਹੀਂ ਗਾ ਅਸਲਾਮ ਅਲੈਕਮ ਜੀ ਅਸਲਾਤ ਵਸਲਾਮ ਅਲੈਕ ਯਾ ਸੀਦੀ ਯਾ ਰਸੂਲ ਅੱਲਾ ਵਾਲੈਕਮ ਸਾਹਿਬ ਕਾ ਯਾ ਸੀਦੀ ਯਾ ਹਬੀਬ ਅੱਲਾ ਵੈਲਕਮ ਹੋ ਗਿਆ ਜੀ ਪਿਜਨ ਕਾਰਨਰ ਚੈਨਲ ਦੇ ਦੋਸਤੋ ਖੁਸ਼ਾਮਦੀਦ ਹੋ ਗਿਆ ਜੀ ਭਾਅ ਜੀ ਮੌਸਮ ਅੱਜ ਫਿੱਟ ਸੀਗਾ ਛੱਤ ਨੂੰ ਆਪਾਂ ਰੰਗ ਰੁੰਗ ਭੜਕਾ ਦਿੱਤਾ ਸੀ ਬੜਾ ਸੋਹਣਾ ਅੱਜ ਚਾਰਾਂ ਕਬੂਤਰਾਂ ਦੀ ਚਿੜੀ ਮਾਰੀ ਹੋਈ ਆ ਜੀ ਪਿਜਨ ਪੈਰਟ ਚੈਨਲ 'ਤੇ ਵੀਡੀਓ ਲੱਗੀ ਆ ਬੜਾ ਲੱਖਾ ਵਗਿਆ ਕਬੂਤਰ ਹੋਇਆ ਜੀ ਅਤੇ ਮੌਸਮ ਠੀਕ ਦੀ ਵਜ੍ਹਾ ਨਾਲ ਮੇਰੇ ਕੋਲ ਜਨਾਬ ਉਸਤਾਦ ਰਜ਼ਵਾਨ ਸਾਹਿਬ ਔਰ ਆਪਣੇ ਕੀ ਨਾਮ ਭਾਅ ਜੀ ਆਪਣਾ ਐਸਨ ਬਾਈ ਜਨਾਬ ਇਹ ਸਰਕਾਰ ਕਾੜਿਓ ਟੀਮ ਆਈ ਆ ਜੀ ਪਾਰਟੀ ਯਾਰ ਬੰਦਿਆ ਹਨਾ ਇਹ ਕਬੂਤਰਾਂ ਦਾ ਬੜਾ ਜਨੂਨੀ ਬੰਦਾ ਜਿਹੜਾ ਅੰਦਰ ਵੜਿਆ ਨਾ ਭਾਈ ਜਾਨ ਇਹ ਬਹੁਤ ਜਨੂਨੀ ਬੰਦੇ ਆ ਕਬੂਤਰਬਾਜ਼ੀ ਦੇ ਜਨਾਬ ਔਰ ਬੜੀ ਪਰਖ ਔਰ ਸਮਝ ਆ ਇੱਕ ਕਬੂਤਰ ਦਾ ਇਹਨਾਂ ਦੇ ਨਾਲ ਮੇਰਾ ਸੌਦਾ ਹੋਇਆ ਵਾ ਉਹ ਇਹਨਾਂ ਨੇ ਕਿੰਨੇ ਦਾ ਲਿਆ ਵਾ 40-50 ਹਜ਼ਾਰ ਰੁਪਇਆ ਤਾਂ ਗੱਲ ਹੀ ਕੋਈ ਨਹੀਂ ਇੱਕ ਕਬੂਤਰ ਦੀ ਜਨਾਬ ਇਹਨਾਂ ਦੇ ਮੂਹਰੇ ਉਹ ਹੁਣ ਕਬੂਤਰਾਂ ਦਾ ਸ਼ੌਕ ਕਰਨ ਦੇ ਆ ਇਹਨਾਂ ਨੇ ਮੇਰੇ ਨਾਲ ਗੱਲ ਇਹ ਕੀਤੀ ਸੀਗੀ ਕਿ ਸਾਕੀ ਭਾਈ ਇੱਕ ਕਬੂਤਰ ਤੇਰੇ ਖੁੱਡੇ 'ਚੋਂ ਪਸੰਦ ਆਏ ਇੱਕ ਲੈਣਾ ਵਾ ਜੀ ਉਹ ਕਬੂਤਰ ਦਾ ਸੌਦਾ ਪਤਾ ਕੀ ਹੋਇਆ ਮੈਂ ਕਿਹਾ ਐਵੇਂ ਝੂਠ ਮਾਰਨ ਦਿਆ 1,10,000 ਰੁਪਏ ਦਾ ਕਬੂਤਰ ਇਹਨਾਂ ਨੇ ਮੇਰੇ ਕੋਲ ਲੈਣਾ ਜਨਾਬ ਜਿਹੜਾ ਪੂਰੀ ਗੇਮ 'ਚੋਂ ਖੁੱਡੇ 'ਚੋਂ ਪਸੰਦ ਆਇਆ ਨਾਲ ਐਸਨ ਭਾਈ ਆ ਜੀ ਐਸਨ ਭਾਈ ਤੁਸੀਂ ਉੱਚੀ ਦਾ ਸ਼ੌਕ ਕਰਦੇ ਨੀਵੀਂ ਦਾ ਅੱਛਾ ਇਹ ਨੀਵੀਂ ਦਾ ਕਰਦੇ ਤੇ ਰਜ਼ਵਾਨ ਬਈ ਉੱਚੀ ਦਾ ਨੀਵੀਂ ਦਾ ਦੋਨੀ ਕਰ ਲੈਂਦੇ ਦੋਨੀ ਕਰਦੇ ਨੇ ਐਸਨ ਭਾਈ ਕਿੰਨੇ ਕੁ ਕਬੂਤਰ ਰੱਖੇ ਘਰ ਆਪਣਾ ਪੂਰਾ ਜਾਲ ਹੈ ਜੀ ਅੱਛਾ ਮਾਸ਼ਾਅੱਲਾ ਚੰਗੀ ਕਬੂਤਰ ਬਾਜ਼ੀ ਹਾਂ ਜੀ ਬਿਲਕੁਲ ਜੀ ਮਾਸ਼ਾਅੱਲਾ ਮਾਸ਼ਾਅੱਲਾ ਜੀ ਬੜਾ ਮਾਸ਼ਾਅੱਲਾ ਨਾਮ ਆ ਜੀ ਇਹਨਾਂ ਦਾ ਕਬੂਤਰ ਬਾਈ ਚ ਦੱਸਦੇ ਸੀ ਉਸ ਦਿਨ ਮੈਨੂੰ ਹੁਣ ਇਹ ਕਬੂਤਰ ਭਾਜੀ ਹੁਣ ਸ਼ੌਕ ਕਰ ਰਿਹਾ ਜੀ ਮੈਂ ਇਹਨਾਂ ਦਾ ਮਗਰ ਫਿਰਾਂ ਕਿ ਮੇਰੇ ਦਿਲ ਦਾ ਜਿਗਰ ਦਾ ਟੋਟਾ ਨਾ ਕੱਢ ਕੇ ਲੈ ਜਾਣ ਕੋਈ ਠੀਕ ਹੈ ਜੀ ਕਬੂਤਰ ਦੇਖ ਰਹੇ ਆ ਨਾਲ ਪੁੱਛਦੇ ਭਾਜੀ ਉਹਨਾਂ ਨੂੰ ਕਬੂਤਰ ਬਾਜ਼ੀ ਦੇ ਪਰਖ ਦੇ ਲਿਹਾਜ਼ ਨਾਲ ਵੀ ਇਹ ਵਾ ਜੀ ਉਸਤਾਦ ਰਜ਼ਵਾਨ ਸਾਹਿਬ ਜਨਾਬ ਕਬੂਤਰ ਦੇਖਣ ਆਏ ਆ ਰਜ਼ਵਾਨ ਭਾਈ ਹਕੀਕਤ ਨਾਲ ਦੱਸਣਾ ਵਾ ਜਿਹੜੇ ਕਬੂਤਰ 'ਚ ਕੋਈ ਖਾਮੀ ਹੋਈ ਆ ਨਾ ਉਹ ਖਾਮੀ ਵੀ ਦੱਸਣੀ ਆ ਜਿਹ 'ਚ ਅਛਾਈ ਹੋਈ ਉਹ ਅਛਾਈ ਵੀ ਦੱਸਣੀ ਵੀ ਆ ਕਬੂਤਰ ਜੇ ਅਛਾਈ ਹੈਗੀ ਆ ਠੀਕ ਆ ਭਾਜੀ ਨਹੀਂ ਬੈਠਣੀ ਇਹਨੇ ਕਰਨੀ ਆ ਅੰਡਿਆਂ ਤੋਂ ਨਹੀਂ ਇੱਧਰਲੇ ਪਾਸੇ ਆ ਜਾਓ ਹੁਣ ਇਹ ਕਬੂਤਰ ਵੀ ਫੜ ਕੇ ਪੂਰੇ ਖੁੱਡੇ 'ਚੋਂ ਲਿਆਂਦਾ ਵਾ ਹੁਣ ਤੁਹਾਡੀ ਸਾਡੀ ਗੱਲ ਇਹ ਹੋਈ ਆ ਮੈਂ ਤਾਂ ਕਿਹਾ ਸੀ ਤੁਸੀਂ ਐਵੇਂ ਪੈਰ ਮਾਰਦੇ ਕਿੱਥੋਂ ਕਾੜਾ ਕਿੱਥੇ ਫੈਸਲਾ ਵਾ ਤੁਸੀਂ ਕਿੱਥੇ ਹੋਣਾ ਕਾੜਿਓ ਫੈਸਲਾ ਬਾਅਦ ਕਬੂਤਰ ਲੈਣ ਲੇਕਿਨ ਮਾਸ਼ਾਅੱਲਾ ਸ਼ਾਮ ਤੱਕ ਪਹੁੰਚ ਗਏ ਜਨਾਬ ਇਹ ਕਬੂਤਰ ਲੈਣ ਜੀ ਜੀ ਤੇ ਜਨਾਬ ਸ਼ੌਕ ਕਰੋ ਜ਼ਰਾ ਜਨਾਬ ਕਬੂਤਰਾਂ ਸਾਨੂੰ ਵੀ ਦਿਖਾਓ ਕਬੂਤਰ ਪਸੰਦ ਕਰ ਰਹੇ ਹੁਣ ਇਹ ਨਹੀਂ ਪਤਾ ਸਾਨੂੰ ਇਹਨਾਂ ਨੇ ਕਬੂਤਰ ਕਿਹੜਾ ਲੈਣਾ ਵਾ ਹਜੇ ਸਿਰਫ ਸ਼ੌਕ ਕਰ ਰਹੇ ਆ ਅਤੇ ਨਾਲ ਮੈਂ ਕਿਹਾ ਚਲੋ ਤੁਹਾਨੂੰ ਦੋਸਤਾਂ ਨੂੰ ਸ਼ੌਕ ਕਰਾਂ ਸਾਕੀ ਭਾਈ ਕੋ ਵੀ ਜਨਾਬ ਲੱਖ ਲੱਖ ਰੁਪਈਏ ਵਾਲਾ ਕਬੂਤਰ ਪਿਆ ਵਾ ਜੀ ਹੁਣ ਤੁਸੀਂ ਕਹਿਣਾ ਉਸਤਾਦ ਨੂੰ ਕਬੂਤਰ ਤਾਂ ਫੜਨੇ ਆਉਂਦਾ ਨੀਗਾ ਅਤੇ ਕਬੂਤਰ ਏਡਾ ਚੰਗਾ ਇਹਨੇ ਕਿੱਥੋਂ ਲੈਣਾ ਵਾ ਬਸ ਫਿਰ ਇੱਦਾਂ ਹੀ ਹੁੰਦੀ ਆ ਜਨਾਬ ਚੈੱਕ ਕਰੋ ਜ਼ਰਾ ਪੱਲੇ ਨਹੀਂ ਇਨਸ਼ਾਅੱਲਾ ਜਿਹੜਾ ਕਬੂਤਰ ਲੈ ਕੇ ਜਾਵਾਂਗੇ ਤੁਹਾਨੂੰ ਅੱਲਾ ਦੇ ਹੁਕਮ ਨਾਲ ਪਤਾ ਚੱਲ ਜਾਏਗਾ ਕਿ ਵਾਕਈ ਤੁਹਾਡੇ ਖੁੱਡੇ ਦੀ ਜਾਨ ਲੈ ਕੇ ਜਾਵਾਂਗੇ ਅੱਛਾ ਜੀ 1,10,000 ਦੇਣਾ ਤੁਹਾਨੂੰ ਤੇ ਇਨਸ਼ਾਅੱਲਾ ਉਹਨਾਂ ਦੀ ਚੀਜ਼ ਵੀ ਲੈ ਕੇ ਜਾਵਾਂਗੇ ਅੱਲਾ ਦੇ ਚਲੋ ਜੀ ਅੱਲਾ ਤਾਲਾ ਕੰਮ ਤੁਹਾਡੀ ਦੇਖੋ ਜੀ ਕਿੰਨੇ ਦਾ ਨਹੀਂ 500-700 ਦਾ 800 ਦਾ 1.5 ਮਹੀਨਿਆਂ 'ਚੋਂ ਲੱਭ ਜਾਂਦਾ 1,10,000 ਰੁਪਏ ਦੀ ਕੋਈ ਵੈਲਿਊ ਹੁੰਦੀ ਹੈ ਨਾ ਭਾਅ ਜੀ ਨਹੀਂ ਤੁਹਾਡੇ ਕੋਲ ਮਾਸ਼ਾਅੱਲਾ ਕਬੂਤਰ ਜਿਹੜੇ 1,10,000 ਤੋਂ ਵੀ ਉੱਪਰ ਦੇ ਹੈਗੇ ਬੜੀ ਮਿਹਰਬਾਨੀ ਭਾਅ ਜੀ ਤੁਸੀਂ ਕਿਉਂਕਿ ਸਾਡੇ ਕਦੀ ਜਿਹੜੇ ਮੈਂ ਜੋੜੇ ਦੇਖ ਕੇ ਆਇਆ ਹਾਂ ਮਾਸ਼ਾਅੱਲਾ ਉਹ ਮੈਨੂੰ 5-5 ਲੱਖ ਰੁਪਏ ਦਾ ਵੀ ਜੋੜਾ ਲੱਗਦਾ ਪਿਆ ਇੰਨੇ ਦੇ ਹੋਣੇ ਆ ਇਹ ਤੁਹਾਡੀ ਨਜ਼ਰ ਆ ਜੀ ਕਿਉਂਕਿ ਤੁਸੀਂ ਜੇ ਇਸ ਲੈਵਲ ਦੇ ਸ਼ਿਕਾਰੀ ਤੁਸੀਂ ਉਸ ਹਿਸਾਬ ਨਾਲ ਸੋਚਣਾ ਬਹੁਤ ਅੱਛੇ ਮਾਸ਼ਾਅੱਲਾ ਕਬੂਤਰ ਨੇ ਹਾਂਜੀ ਅਸੀਂ ਚਿੜੀ ਮਾਰ ਦੇ ਲੈਵਲ ਦੇ ਸ਼ਿਕਾਰੀ ਅਸੀਂ ਚਿੜੀ ਮਾਰ ਦੇ ਹਿਸਾਬ ਨਾਲ ਗੱਲ ਕਰਨੀ ਸ਼ੌਕ ਕਰੋ ਤੁਸੀਂ ਕਬੂਤਰਾਂ ਦਾ ਨਾਲੇ ਸਾਨੂੰ ਇਹ ਮਤਲਬ ਕਿ ਗਾਈਡ ਕਰੋ ਹਲਕਾ ਫੁਲਕਾ ਲਓ ਜੀ ਰਜ਼ਵਾਨ ਭਾਈ ਦੂਸਰਾ ਕਬੂਤਰ ਫੜ ਕੇ ਲਿਆਏ ਆ ਜੀ
ਮਾਸ਼ਾਅੱਲਾ ਜੀ ਇਹ ਜਿਹੜੀ ਕਬੂਤਰ ਦੀ ਦੁੰਮ ਫੜ ਕੇ ਇੱਦਾਂ ਆਹ ਕਰਦੇ ਨਾ, ਇਹ ਸਤਾਰ ਹੀ ਕਰਦੇ ਆ ਜੀ, ਇਹ ਆਮ ਬੰਦਾ ਕੋਈ ਨਹੀਂ ਕਰਦਾ। ਜਨਾਬ ਭਾਜੀ ਤੈਨੂੰ ਹੋਇਆ ਥੋੜਾ ਜਿਹਾ ਵੀ ਸਾਕੀ ਭਾਈ, ਕਬੂਤਰ ਤੁਹਾਡੇ ਕੋਲ ਬਹੁਤ ਪਿਆਰਾ ਹੈਗਾ। ਅੱਛਾ ਜੀ, ਇਹ ਭਾਜੀ ਮੈਂ ਅਗਲੇ ਦਿਨ ਖਰੀਦ ਕੇ ਲਿਆਂਦੇ ਆ ਭਾਜੀ ਬੜੀ ਦੂਰੋਂ, ਇਹ ਪੱਠਾ ਵਾ ਜੀ। ਮਾਸ਼ਾਅੱਲਾ ਇਹਦੀ ਅੱਖ ਬਹੁਤ ਪਿਆਰੀ, ਔਰ ਇਹਦੇ ਅੰਦਰ ਜਿਹੜੀ ਆ ਜ਼ਮੀਨ ਹੈਗੀ ਹੈ ਨਾ ਸਫੈਦ। ਅੱਛਾ, ਕਿਆ ਆਊਟ ਕਲਾਸ ਹੈ ਯਾਰ। ਅੱਛਾ ਜੀ, ਸਰਕਾਰ ਸ਼ੋਕ ਕਰੋ ਜੀ, ਉਸਤਾਦ ਹੁਣੀ ਮੌਜੂਦ ਆ ਸਾਡੇ ਨਾਲ ਜਨਾਬ। ਔਰ ਉਸਤਾਦੀ ਜਾਂ ਕਬੂਤਰ ਬਾਈ ਸਿੱਖਣ ਦੀ ਉਮਰ ਦਾ ਤਕਾਜ਼ਾ ਕੋਈ ਮੈਨੇ ਨਹੀਂ ਰੱਖਦਾ ਜਨਾਬ, ਇਹ ਜਨੂੰਨ ਆ ਜੀ, ਇਸ਼ਕ ਵਾ। ਮਾਸ਼ਾਅੱਲਾ ਜੀ। ਅੱਛਾ, ਤੁਸੀਂ ਇਹਦੀ ਜ਼ਮੀਨ ਚਿੱਟੀ ਦੀ ਗੱਲ ਕਰਦੇ ਹੋ ਰਜ਼ਵਾਨ ਭਾਈ, ਤੁਸੀਂ ਮੇਰੀ ਵੀਡੀਓ ਦੇਖਿਓ, ਉਹਦੇ ਵਿੱਚ ਵੀ ਮੈਂ ਇਹੀ ਜ਼ਿਕਰ ਕੀਤਾ ਜੀ। ਮਾਸ਼ਾਅੱਲਾ ਜੀ, ਕੀ ਬਾਤ ਹੈ ਜੀ। ਇਹਦੇ ਨਾਲ ਤਾਂ ਹੋਰ ਵੀ ਇੱਕ ਭਾਜਾਨ, ਇਹਦੇ ਨਾਲ ਤਾਂ ਸੇਮ ਤੁਹਾਨੂੰ ਮਜ਼ਾ ਆਏਗਾ ਕਬੂਤਰ ਦੇਖਣ ਦਾ। ਲਓ ਜੀ, ਮਾਸ਼ਾਅੱਲਾ ਜੀ, ਭਾਜੀ ਨੇ ਹੋਰ ਕਬੂਤਰ ਫੜੇ। ਹਾਂਜੀ, ਇਹ ਘੜੀ ਪਾਈਆਂ ਜੀ, ਇਹ ਉੱਥੋਂ ਹੀ ਪਿੱਛੋਂ ਹੀ ਪਈਆਂ ਆਈਆਂ ਜਦੋਂ ਮੈਨੂੰ ਦੋਸਤ ਨੇ ਦਿੱਤੇ ਸੀਗੇ ਜੀ, ਇਹ ਗਿਫਟ ਆਏ ਜੀ ਮੈਨੂੰ, ਇਹ ਜਿਹੜਾ ਗਿਫਟ। ਹਾਂਜੀ, ਅਤੇ ਇਹ ਪੱਠਾ ਵਾ ਜੀ ਹਜੇ ਉਸਤਾਦ ਜੀ, ਤੁਹਾਡੀ ਮਿਹਰਬਾਨੀ, ਮੈਨੂੰ ਤਾਂ ਖੁਸ਼ੀ ਬਹੁਤ ਹੋਈ ਆ ਤੁਹਾਡੇ ਨਾਲ ਤੱਲਕ ਆ, ਲੋਕ ਤਾਂ ਨਹੀਂ ਤੁਹਾਨੂੰ ਜਾਣਦੇ ਹੈਗੇ ਲੇਕਿਨ ਮੈਂ ਤਾਂ ਤੁਹਾਨੂੰ ਜਾਣਦਾ ਹਾਂ। ਇਹਦੇ ਨਾਲ ਦਾ ਜੋੜਾ ਮੇਰਾ ਉਸਤਾਦ ਲੈ ਕੇ ਆਇਆ ਸੀ 50,000 ਰੁਪਏ ਦਾ ਜੀ, ਸੇਮ ਇਹੀ ਚੀਜ਼, ਇਹੀ ਕੁਆਲਿਟੀ, ਸਖੀ ਭੱਟੀ ਸਾਹਿਬ ਕੋਲ ਆਪ ਜਾ ਕੇ। ਹਾਂਜੀ, ਆਪ ਜਾ ਕੇ ਲੈ ਕੇ ਆਏ ਸੀਗੇ, ਇਸੇ ਤਰ੍ਹਾਂ ਹੀ ਉਹਨਾਂ ਦੀਆਂ ਠੱਲਾਂ ਪਈਆਂ ਹੋਈਆਂ। ਅੱਛਾ, ਨਹੀਂ ਇਹ ਤਾਂ ਪੱਠਾ ਵਾ ਉਸਤਾਦ ਜੀ, ਤਾਂ ਤੁਸੀਂ ਬੱਚਾ ਵੱਡਾ ਉਸਤਾਦ ਨੂੰ ਵੱਡਾ ਜੋੜਾ ਲਿਆ ਕਿ ਪੱਠਾ ਪੱਠੀ, ਵੱਡਾ ਜੋੜਾ ਲੈ ਕੇ ਆਏ ਸੀਗੇ ਉਹਨਾਂ ਕੋਲੋਂ। ਅੱਛਾ, ਇਹਦਾ ਮਤਲਬ ਸ਼ੌਕ ਜਿਹੜਾ ਤੁਸੀਂ ਹਾਈ ਲੈਵਲ ਦੇ ਤੁਹਾਡੇ ਉਸਤਾਦ ਨੇ ਵੀ ਕੀਤੇ ਜੀ ਜੀ ਬਿਲਕੁਲ, ਤੇ ਉਸਤਾਦ ਸਾਹਿਬ ਦਾ ਕੋ ਆਪਣਾ। ਅੱਛਾ ਉਸਤਾਦ ਜੀ, ਮੈਂ ਉਸਤਾਦ ਰਜ਼ਵਾਨ ਸਾਹਿਬ, ਮੈਂ ਤੁਹਾਨੂੰ ਹੁਣ ਮਾਜ਼ਰਤ ਚਾਹੁੰਦਾ, ਮੈਂ ਤੁਹਾਨੂੰ ਪੁੱਛ ਨਹੀਂ ਸਕਿਆ ਕਿ ਤੁਹਾਡੇ ਉਸਤਾਦ ਸਾਹਿਬ ਦਾ ਨਾਮ ਕੀ ਹੈ ਜਨਾਬ। ਹਾਂਜੀ, ਮੇਰੇ ਉਸਤਾਦ ਦਾ ਨਾਮ ਹੈਗਾ ਜੀ ਉਸਤਾਦ ਇਮਰਾਨ। ਉਸਤਾਦ ਇਮਰਾਨ, ਮਾਸ਼ਾਅੱਲਾ। ਉਸਤਾਦ ਇਮਰਾਨ, ਮਾਸ਼ਾਅੱਲਾ, ਉਹਨਾਂ ਨੇ ਵੀ ਬਹੁਤ ਸ਼ੌਕ ਕੀਤਾ ਹੈਗਾ, ਕੀ ਕਹਿੰਦੇ ਯਾਨੀ ਕਿ ਅੱਛੇ ਕਬੂਤਰ ਪਰਵਾਰ। ਹਾਂਜੀ, ਜ਼ਿਆਦਾਤਰ ਉਹਨਾਂ ਨੂੰ ਆਪਣਾ ਜੋੜਿਆਂ ਦਾ ਹੀ ਸ਼ੌਕ ਆ, ਜੋੜੇ ਹੀ ਉਹਨਾਂ ਨੇ ਲਗਾ ਕੇ ਦਿੰਦੇ ਨੇ, ਤੇ ਬੱਚੇ ਬੁੱਚੇ ਜਿਹੜੇ ਆ ਸਾਡੇ ਵਰਗੇ ਸ਼ਾਗਿਰਦਾਂ ਨੂੰ ਦੇ ਦਿੰਦੇ, ਲਓ ਜੀ ਉਡਾਓ ਆਪਣਾ ਸ਼ੌਕ ਕਰੋਗੇ। ਅੱਛਾ ਬੱਚੇ, ਮੈਂ ਪਹਿਲੀ ਵਾਰੀ ਸੁਣਿਆ ਕਿ ਕੋਈ ਉਸਤਾਦ ਘਰ ਜੋੜੇ ਲਾ ਕੇ, ਮਹਿੰਗੇ ਜੋੜੇ ਲਿਆ ਕੇ, ਤੇ ਆਪਣੇ ਸ਼ਾਗਿਰਦਾਂ ਨੂੰ ਬੱਚੇ ਫ੍ਰੀ ਦਿੰਦਾ? ਹਾਂਜੀ ਬਿਲਕੁਲ, ਇਸੇ ਤਰ੍ਹਾਂ ਹੀ, ਕੋਈ ਰੁਪਈਆ ਨਹੀਂ ਲੈਂਦੇ। ਔਰ ਕਦੀ ਸਾਨੂੰ ਇਹ ਨਹੀਂ ਉਹਨਾਂ ਨੇ ਆ ਕੇ ਘਰੋਂ ਕਿਹਾ ਕਿ ਆਹ ਦੇ ਦਿਓ ਜੋੜਾ, ਤੇ ਆਹ ਦੇ ਦਿਓ ਜੋੜਾ, ਕਬੂਤਰ ਦੇ ਦਿਓ, ਇਹੀ ਕਹਿੰਦੇ ਆ ਜਿਹੜਾ ਚਾਹੀਦਾ ਤੁਸੀਂ ਲਾਇਓ ਸਾਡੇ ਕੋਲੋਂ। ਗੱਲ ਹੋਈ ਯਾਰ, ਬੱਚੇ ਵੀ ਲਾਇਓ ਜੋ ਚਾਹੀਦਾ ਤੁਸੀਂ ਇੱਥੋਂ। ਤੇ ਉਸਤਾਦ ਜੀ, ਇਦਾਂ ਦੇ ਉਸਤਾਦ ਲੱਭਦੇ ਕਿੱਥੋਂ ਆ, ਮਤਲਬ ਸਾਨੂੰ ਵੀ ਦੱਸੋ ਨਾ ਇੱਥੇ। ਬਸ ਇਦਾਂ ਦੇ ਉਸਤਾਦ ਜਿਹੜੇ ਨਸਲੀ ਹੁੰਦੇ ਆ, ਉਹ ਹੀ ਘਰੋਂ ਚੀਜ਼ਾਂ ਦਿੰਦੇ ਨੇ। ਬੇਸ਼ੱਕ ਯਾਰ, ਇਹ ਤਾਂ ਤੁਸੀਂ ਬੜੀ ਵੱਡੀ ਗੱਲ ਕੀਤੀ ਕਿ ਤੁਹਾਡਾ ਉਸਤਾਦ ਤੁਹਾਨੂੰ, ਹਾਲਾਂਕਿ ਤੁਸੀਂ ਨਹੀਂ, ਫਿਰ ਤੁਸੀਂ ਉਹ ਗੱਡੀਆਂ 'ਚ ਤੇਲ ਤੂਲ ਪਵਾ ਕੇ ਦਿੰਦੇ ਹੋਣੇ ਉਸਤਾਦਾਂ ਨੂੰ, ਕੀ ਖਿਆਲ ਆ? ਨਾ ਬਿਲਕੁਲ ਨਹੀਂ, ਜਿੱਥੇ ਜਾਣਾ ਉਸਤਾਦ ਹੋਣਾ ਨੇ ਆਪਣੀ ਗੱਡੀ ਲੈ ਕੇ ਜਾਣੀ, ਅਸੀਂ ਉਹਨਾਂ ਦੇ ਨਾਲ ਹੀ ਜਾਣਾ। ਅੱਛਾ ਜੀ, ਮੈਂ ਤੁਹਾਨੂੰ ਦੱਸਦਾ ਜੀ, ਮੇਰੇ ਕੋਈ ਇੱਥੇ ਛੱਡੋ ਉਸਤਾਦ ਜੀ, ਇਹਨੂੰ ਜ਼ਰਾ ਮੈਂ ਦਿਖਾ ਦਾਂ ਨਾਲ, ਉਹ ਛੁੱਟ ਗਿਆ, ਚਲੋ ਕੋਈ ਨਹੀਂ। ਅਤੇ ਭਾਈ ਜਾਨ, ਮੈਂ ਤੁਹਾਡੇ ਨਾਲ ਗੱਲ ਇਹ ਸ਼ੇਅਰ ਕਰਨੀ ਚਾਹ ਰਿਹਾ ਸੀਗਾ। ਉਸਤਾਦ ਜੀ ਇੱਧਰ ਆ ਜਾਓ ਭਾਜੀ, ਅਹਿਸਨ ਭਾਈ, ਮੈਂ ਫੈਸਲਾਬਾਦ 'ਚ ਕੋਈ ਮਾਸ਼ਾਅੱਲਾ ਦੋਸਤ ਨੇ, ਅੱਛੀ ਫੈਕਟਰੀਆਂ ਮਿੱਲਾਂ ਦੇ ਮਾਲਕ ਆ ਜੀ, ਉਹਨਾਂ ਦੇ ਉਸਤਾਦ ਆਏ, ਮੈਂ ਕਿਹਾ ਮੈਨੂੰ ਕਹਿੰਦਾ ਯਾਰ ਉਸਤਾਦ ਆ ਗਏ, ਮੈਂ ਕਿਹਾ ਕੀ ਗੱਲ ਹੋਈ, ਕਹਿੰਦਾ 3-4 ਲੱਖ ਨੂੰ ਠੁੱਕ ਗਈ, ਮੈਂ ਕਿਹਾ ਇਹ ਕੀ ਵਜ੍ਹਾ, ਕਹਿੰਦਾ ਉਸਤਾਦ ਹੁਣੀ ਆਏ ਆ ਨਾਲ ਫੈਮਲੀ ਆ ਉਹਨਾਂ ਦੀ। ਅੱਛਾ, ਉਹਨਾਂ ਦੀ ਬੇਗਮ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਅਸੀਂ ਕੱਪੜੇ ਕੁੱਪੜੇ ਵੀ ਲੈ ਕੇ ਦੇਣੇ ਆ, ਗੱਡੀ ਦੀ ਟੈਂਕੀ ਫੁੱਲ, ਗੱਡੀ ਵੀ ਵੱਡੀ ਲੈਂਡ ਕਰੂਜ਼ਰ, ਮਤਲਬ ਜਿੱਦਾਂ ਲੈਂਡ ਕਰੂਜ਼ਰ ਜਾਂ MG ਲਾ ਲਓ ਕੋਈ ਵੱਡੀ ਟੈਂਕੀ ਵਾਲੀ, ਬੱਚਿਆਂ ਨੂੰ ਵੀ ਕੱਪੜੇ ਲੈ ਕੇ, ਉਸਤਾਦ ਉਹਨਾਂ ਨੂੰ ਵੀ ਸ਼ੋਪਿੰਗ ਸ਼ੁਪਿੰਗ ਕਰਾਉਣੀ ਆ, ਤੇ ਗੱਡੀ ਦੀ ਟੈਂਕੀ ਜਦੋਂ ਆਏ ਆ ਖਾਲੀ ਆ ਉਦੋਂ ਫੁੱਲ ਕਰਾਉਣੀ, ਸ਼ਹਿਰ ਸਾਰਾ ਫਿਰਨਾ ਤੇਲ ਦੇ ਪੈਣਾ, ਜਾਣ ਕੇ ਫਿਰ ਟੈਂਕੀ ਫੁੱਲ ਕਰਾ ਕੇ ਦੇਣੀ।
ਤੇ ਤੁਸੀਂ ਇਹ ਉਸਤਾਦ ਸਾਹਿਬ ਕਿੱਥੋਂ ਲੱਭੇ ਜਿਹੜੇ ਤੁਹਾਡੇ ਕੋਲ ਕੁਛ ਲੈਂਦੇ ਹੀ ਨੀਗੇ ਤਾਂ ਬੱਚੇ ਵੀ ਫ੍ਰੀ ਦਿੰਦੇ ਆ, ਇਹ ਇਸ਼ਕ ਵਾ ਉਹਨਾਂ ਨੂੰ ਕਬੂਤਰਬਾਜ਼ੀ ਨਾਲ ਕੀ ਰੋੜਾ, ਇਹ ਤੇ ਰੋਸ਼ਨੀ ਥੋੜੀ ਪਾਓ। ਹਾਂਜੀ ਉਹਨਾਂ ਨੂੰ ਕਬੂਤਰਬਾਜ਼ੀ ਦਾ ਜਨੂਨ ਹੈਗਾ ਵਾ, ਸਿਰਫ ਉਹਨਾਂ ਦਾ ਇਹ ਸ਼ੌਕ ਆ ਕਿ ਮੇਰੇ ਸ਼ਾਗਿਰਦ ਕਹਿਣ ਕਿ ਆਹ ਮੇਰੇ ਉਸਤਾਦ ਦੇ ਘਰ ਦਾ ਬੱਚਾ ਉੱਡਣ ਦਿਆ, ਗੱਲ ਆਹ ਮੇਰੇ ਉਸਤਾਦ ਦੇ ਘਰ ਦਾ ਬੱਚਾ ਉੱਡਣ ਦਿਆ ਵਾ। ਤੇ ਹੋਰ ਜਿੰਨੇ ਵੀ ਬਾਜ਼ੀਆਂ ਦੇ ਵਿੱਚ ਕਬੂਤਰ ਉੱਡਦੇ ਆ ਤੇ ਉਹ ਬੰਦੇ ਦੱਸਦੇ ਗਾ ਉਸਤਾਦ ਇਮਰਾਨ ਦੇ ਘਰ ਦਾ ਬੱਚਾ ਜਿਹੜਾ ਉੱਡਣ ਦਿਆ, ਉਹ ਫਿਰ ਦੋਸਤ ਜਿਹੜੇ ਆ ਪੁੱਛਦੇ ਆ ਯਾਰ ਸਾਨੂੰ ਵੀ ਮਿਲਾਓ ਉਸਤਾਦ ਨੂੰ ਕਿਹੜੇ ਜਿਹੜੇ ਤੁਹਾਨੂੰ ਘਰੋਂ ਬੱਚੇ ਦੇ ਦਿੰਦੇ ਨੇ ਕੀ ਕਹਿੰਦੇ, ਕਿਉਂਕਿ ਕੋਈ ਵੀ ਨਹੀਂ ਦਿੰਦਾ ਹੀ, ਕੋਈ ਨਹੀਂ ਗਾ ਬੱਚੇ ਸੁਣਿਆ ਨਹੀਂ ਅੱਜ ਤੱਕ ਅਸੀਂ, ਤੁਸੀਂ ਫ੍ਰੀ ਵਾਲੀ ਗੱਲ ਕਰਤੀ। ਉਹੀ ਮੈਂ ਤੁਹਾਨੂੰ ਦੱਸਿਆ ਨਾ, ਕਹਿੰਦੇ ਆ ਕਿ ਜੀ ਉਹ ਇੰਨਾ ਦਾਣਾ ਲੱਗਦਾ ਜੀ ਬੱਚੇ ਪਾਲਣ ਤੇ ਇੰਨਾ ਆ ਹੋ ਗਿਆ, ਕਦੀ ਨਹੀਂ ਉਹਨਾਂ ਨੇ ਕਿਹਾ ਹੈਗਾ ਉਹਨਾਂ ਦੇ ਪੁੱਤਰ ਜਿਹੜੀ ਚੀਜ਼ ਚਾਹੀਦੀ ਆ ਘਰੋਂ ਨਹੀਂ ਤੁਸੀਂ ਲੈ ਕੇ ਆਣਾ ਕੋਈ ਵੀ, ਤੁਹਾਨੂੰ ਜੋ ਇੱਥੋਂ ਚਾਹੀਦਾ ਵਾ ਮੈਨੂੰ ਦੱਸੋ, ਦਾਣਾ ਪਾਣੀ ਨੁਸਖਾ ਪਾਣੀ ਮੁਫਤ। ਹਾਂਜੀ ਮਾਸ਼ਾਅੱਲਾ 15 ਤੋਂ 20 ਸ਼ਾਗਿਰਦ ਨੇ ਉਹਨਾਂ ਦੇ, ਸਾਰਿਆਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਬੱਚੇ ਉੱਡਦੇ ਪਏ ਨੇ, ਗੱਲ ਹੋਈ ਆ, ਤੇ ਬੱਚੇ ਵੀ ਮਾਸ਼ਾਅੱਲਾ ਸ਼ਾਮਾਂ ਸ਼ਾਮਾਂ ਤੱਕ ਵੀ, ਕੀ ਬਾਤ ਹੈ, ਦੱਸਿਆ ਨਹੀਂ 50-50 ਹਜ਼ਾਰ ਲੱਖ ਦਾ ਜੋੜਾ ਜਿਹੜਾ ਉਹ ਲੈ ਕੇ ਉਡਾਉਂਦੇ। ਹੁਣ ਜਿਹੜੇ ਇੱਥੇ 2 ਕਬੂਤਰ ਅਸੀਂ ਸਿਲੈਕਟ ਕੀਤੇ, ਅੱਛਾ ਇੱਥੇ ਮੈਂ ਤੁਹਾਡੇ ਕੋਲ ਕੀ ਕਹਿੰਦੇ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਅਸੀਂ ਲੈ ਕੇ ਜਾਣਾ ਵਾ, ਅੱਛਾ ਤੇ ਇੱਕ ਕਬੂਤਰ ਮੇਰਾ ਮਸ਼ਵਰਾ ਤੁਹਾਨੂੰ ਕਿ ਜਿਹੜਾ ਨਾ ਦਿਓ ਨਾ, ਚਲੋ ਦਿਖਾਓ। ਅੱਛਾ ਤੁਸੀਂ ਪਹਿਲੇ ਇਹ ਦਿਖਾਓ ਜਿਹੜਾ ਤੁਸੀਂ ਮੈਨੂੰ ਮਸ਼ਵਰਾ ਦੇਣਾ ਤੇ ਲੈ ਕੇ ਨਹੀਂ ਜਾਣਾ, ਉਹ ਦਿਖਾਓ ਜਰਾ। ਲਓ ਜੀ ਭਾਜੀ, ਭਾਈ ਹੁਣਾਂ ਨੇ 1,10,000 ਰੁਪਏ 'ਚ ਸਾਡੀ ਡੀਲ ਹੋਈ ਆ ਜੀ, ਠੀਕ ਆ ਭਾਜੀ। ਔਰ ਬਸ ਅੱਲਾ ਕੋ ਦੁਆ ਮੰਗੀ ਸੀ, ਅੱਲਾ ਸੋਹਣਿਆ ਮੁਸ਼ਕਲ ਟਾਈਮ ਆ, ਕੋਈ ਥੋੜ੍ਹਾ ਜਿਹਾ ਮਾਲ ਪਾਣੀ ਜਰਾ ਸੈੱਟ ਹੋ ਜਾਵੇ ਤੇ ਦੇਖੋ ਅੱਲਾ ਤਾਲਾ ਨੇ ਬੰਦਾ ਭੇਜਤਾ। ਔਰ ਇਹ ਬੜੇ ਪੁਰਾਣੇ ਸਬਸਕ੍ਰਾਈਬਰ ਆ, ਵੀਡੀਓ ਦੇਖਦੇ ਆ, ਕਬੂਤਰ ਨਹੀਂ ਲੈਂਦੇ ਦਿੰਦੇ। ਇਹ ਕਬੂਤਰ ਤੁਸੀਂ ਆਪਣੇ ਉਸਤਾਦ ਸਾਹਿਬ ਦੇ ਮਸ਼ਵਰੇ ਨਾਲ ਲੈਣ ਆਏ ਆ ਜਾਂ ਆਪ ਹੀ ਲੈਣ ਆਏ, ਆਖਰ ਦਿਖਾਇਆ ਹੀ ਹੋਏਗਾ ਤੁਸੀਂ? ਹਾਂਜੀ ਬਿਲਕੁਲ, ਉਸਤਾਦ ਸਾਹਿਬ ਦੇ ਮਸ਼ਵਰੇ ਨਾਲ ਹੀ ਲੈਣ ਆਏ। ਦੇਖੋ ਨਾ ਗੱਲਾਂ 'ਚੋਂ ਗੱਲ ਨਿਕਲਦੀ ਹੁੰਦੀ ਆ ਜੀ, ਕਬੂਤਰ ਫੜੋ ਤੁਸੀਂ ਤੇ ਵੀਡੀਓ ਦਿਖਾਈ ਸੀਗੀ ਉਹਨਾਂ ਨੇ, ਕਿਹਾ ਸੀਗਾ ਕਿ ਇਹ ਜਿਹੜੇ 2-3 ਜਾਨਵਰ ਨੇ ਇਹਨਾਂ ਦੇ ਵਿੱਚੋਂ ਨਾ ਕਬੂਤਰ ਨਹੀਂ ਜਾਣਾ, ਨਾ ਮੈਂ ਵੀਡੀਓ 'ਚ ਆਉਣਾ ਹੈਗਾ ਵਾ, ਤੇ ਤੁਸੀਂ ਲੈ ਕੇ ਆਉਣਾ, ਤੁਸੀਂ ਲੈ ਕੇ ਆਉਣਾ। ਵੀਡੀਓ 'ਚ ਤਾਂ ਤੁਸੀਂ ਵੀ ਨਹੀਂ ਸੀ ਆ ਰਹੇ, ਮੈਂ ਬੜੇ ਧੱਕੇ ਨਾਲ ਤੁਹਾਨੂੰ ਬਣਾਇਆ ਜਨਾਬ, ਤੇ ਉਹ ਇਸੇ ਤੋਂ ਤੁਸੀਂ ਕਿਹਾ ਕਿ ਵੀਡੀਓ। ਚਲੋ ਕਬੂਤਰ ਫੜੋ ਜਨਾਬ। ਭਾਜੀ ਉਸਤਾਦ ਹੁਣੀ ਆਪ ਹੀ ਖੁੱਡੇ 'ਚ ਵੜ ਗਏ ਆ ਜੀ। ਹਾਂਜੀ ਉਸਤਾਦ ਜੀ, ਹੁਣ ਮੇਰੇ ਦਿਲ ਨੂੰ ਘਉ ਮਉ ਹੋਣ ਦਿਆ, ਵੀ ਪਤਾ ਨਹੀਂ ਤੁਸੀਂ ਕਿਹੜਾ ਕਬੂਤਰ ਕੱਢਣਾ ਵਾ, ਦਿਖਾਓ ਸਾਨੂੰ ਵੀ ਪਤਾ ਲੱਗਿਆ ਜੀ। ਲਓ ਜੀ ਬਿਸਮਿਲ੍ਲਾ ਜੀ। ਲਓ ਸ਼ਬਾਦ ਭਾਈ, ਆਹ ਕਬੂਤਰ ਤੁਹਾਡੇ ਖੁੱਡੇ ਦੀ ਇਸ ਟਾਈਮ ਜਾਨ ਹੈਗੀ ਹੈ। ਅੱਛਾ ਅੱਛਾ, ਇੱਧਰ ਨੂੰ ਆਓ ਜ਼ਰਾ, ਤੇ ਖੁਦ ਕਬੂਤਰ ਜਿਹੜਾ ਪਸੰਦ ਬਹੁਤ ਹੈਗਾ ਵਾ। ਅੱਛਾ, ਤੇ ਕਬੂਤਰ ਹੈ ਜਿਹੜਾ, ਓਏ ਹੋਏ ਉਸਤਾਦ ਜੀ ਕਿਆ ਬਾਤ ਹੈ, ਮੰਨ ਗਿਆ ਜੀ ਤੁਹਾਡੀ ਵੀ ਕਬੂਤਰਬਾਜ਼ੀ ਨੂੰ, ਤੁਹਾਡੇ ਉਸਤਾਦ ਦੀ ਕਬੂਤਰਬਾਜ਼ੀ ਨੂੰ ਵੀ ਮੰਨ ਗਿਆ ਜਨਾਬ। ਇਹ ਵਾਕਈ ਬਰੀਡ ਮੇਕਰ ਕਬੂਤਰ ਆ ਯਾਰ ਉਸਤਾਦ ਜੀ, ਸ਼ੌਕ ਰਹੋ ਜੀ। ਬਹੁਤ ਪਿਆਰਾ ਕਬੂਤਰ ਆ, ਕੀ ਕਹਿੰਦੇ, ਮਾਸ਼ਾਅੱਲਾ ਤੁਹਾਡੇ ਖੁੱਡੇ ਦੀ ਜਾਨ ਆ ਕਬੂਤਰ। ਮੈਂ ਉਸਤਾਦ ਜੀ ਇਸ ਕਬੂਤਰ ਦੇ ਬਾਰੇ ਤੁਹਾਨੂੰ ਵੀ ਦੱਸਦਾ ਵਾਂ, ਮਾੜੀ ਗਾਈਡ ਨਾਲ ਕਰਦਾ, ਨਾਲ ਦੋਸਤਾਂ ਨੂੰ ਵੀ ਦੱਸਦਾ ਵਾਂ, ਤੁਸੀਂ ਉਹਨੀ ਦੇਰ ਅੱਖ ਦਾ ਤਾਂ ਪਰਦਾ ਸ਼ੌਕ ਕਰੋ ਜੀ। ਇਹ ਮੇਰਾ ਕਬੂਤਰ ਜਨਾਬ, ਕਬੂਤਰ ਨੂੰ ਇਹਦਾ ਮੈਂ ਰੱਖਿਆ ਨਾਮ ਬਲੈਕ ਥੀਫ, ਇਹ ਬਲੈਕ ਥੀਫ ਆ ਜੀ ਮੇਰਾ। ਅੱਛਾ ਜੀ, ਅਕਸਰ ਮੈਂ ਵੀਡੀਓ ਵੀ ਇਹਨਾਂ ਦੀਆਂ ਲਾਈਆਂ ਆ ਮਾਸ਼ਾਅੱਲਾ, ਤੇ ਉਹਰੇ ਰੱਖ ਅਗਰ ਕਬੂਤਰ ਰੱਖਣਾ ਹੋਵੇ ਨਾ ਤੇ ਇਦਾਂ ਦੀਆਂ ਚੀਜ਼ਾਂ ਰੱਖਣੀਆਂ। ਅੱਛਾ ਜੀ, ਐਂਟ ਵਾ ਇਹਨਾਂ ਚੀਜ਼ਾਂ ਦੇ, ਐਂਟ ਵਾ ਮਾਸ਼ਾਅੱਲਾ। ਇੱਥੇ ਇੱਥੇ ਬਿਠਾਓ ਜ਼ਰਾ, ਚੀਜ਼ਾਂ ਨੇ ਜਿਹੜੀਆਂ ਉਸਤਾਦ ਦਿਖਾਉਂਦੇ ਵੀ ਨਹੀਂ ਨੀ ਕਿਸੇ ਦੀ ਯਾਰ ਨਜ਼ਰ ਨਾ ਲੱਗ ਜਾਂਦੀ। ਵਧੀ ਗੱਲ, ਕੋਈ ਆ ਗਿਆ ਬੰਦਾ ਹੁੰਦਾ ਨਾ ਮਾਸ਼ਾਅੱਲਾ ਤੇ ਕਿਸੇ ਨੇ ਕਹਿਣਾ ਨਹੀਂ, ਕਹਿਣਾ ਨਹੀਂ, ਲੇਕਿਨ ਮਾਸ਼ਾਅੱਲਾ ਕਬੂਤਰ। ਭਾਜੀ ਇਹਦਾ ਪੂਰਾ ਪੱਲਾ ਵੀ ਖੋਲ ਕੇ ਦਿਖਾਓ ਰਜ਼ਵਾਨ ਭਾਈ, ਇੱਧਰ ਨੂੰ ਸਿੱਧੇ ਹੋ ਜਾਓ, ਇੱਥੇ ਜਾਓ, ਇੱਥੇ ਹੁਣ ਦਿਖਾਓ ਪੱਲਾ ਪੂਰਾ ਖੋਲੋ ਜ਼ਰਾ ਇੱਥੇ। ਲਓ ਜੀ ਦੋਸਤੋ, ਸ਼ੌਕ ਕਰੋ ਜ਼ਰਾ ਭਾਈ ਜਾਨ, ਦੇਖੋ ਜੀ 3-4 ਉਸਤਾਦਾਂ ਦੀ ਮਿਹਨਤ ਦੇ ਨਾਲ ਇੱਕ ਕਬੂਤਰ ਦਾ ਨਿਚੋੜ ਉਹਨਾਂ ਨੇ ਕੱਢਿਆ। ਉਸਤਾਦ ਜੀ ਉੱਤੇ ਬਿਠਾਓ ਕਬੂਤਰ, ਇੱਕ ਮਿੰਟ। ਕਬੂਤਰ ਕਲੀਚ ਦੇ ਵਿੱਚ ਹੈਗਾ ਵਾ। ਹਾਂਜੀ ਕਲੀਚ ਆ ਬਿਲਕੁਲ, ਲੇਕਿਨ ਮਾਸ਼ਾਅੱਲਾ ਕੀ ਬਾਤ ਹੈ। ਐ ਲਓ ਜੀ ਇਹ ਬਲੈਕ ਥੀਫ ਆ ਜੀ ਸਾਖੀ ਭਾਈ ਦਾ, ਚੈੱਕ ਕਰੋ ਜ਼ਰਾ। ਐਵੇਂ ਨਹੀਂ ਉਹਨਾਂ ਨੇ ਕਹਿਤਾ ਜਨਾਬ ਕਿ ਸਾਖੀ ਭਾਈ ਇਹ ਕਬੂਤਰ 1,00,000 ਤੋਂ ਵੀ ਮਹਿੰਗਾ ਹੀ ਹੋ, ਲੇਕਿਨ ਦਿਓ ਨਾ ਕਿਸੇ ਨੂੰ। ਦੇਖੋ ਉਹਦੀਆਂ ਕੱਸਾਂ, ਵਜੂਦ ਕਬੂਤਰ ਦੇ ਪੱਲੇ। ਰਜ਼ਵਾਨ ਭਾਈ ਇਹ ਮੇਰਾ ਹਨਾ ਬਲੈਕ ਥੀਫ ਕਬੂਤਰ ਆ ਭਾਜੀ। ਅੱਛਾ, ਇਹਦੇ ਪੱਠੇ ਪੱਠੀ, ਔਰ ਵਾਕਈ ਅੱਜ ਤੋਂ ਤੁਸੀਂ 1,00,000 ਤੋਂ ਉੱਤੇ ਗਿਆ ਨਾ,
ਇਸ ਕਬੂਤਰ ਦਾ ਅੱਲਾ ਦੀ ਕਸਮ 80,000 ਰੁਪਈਆ ਬੰਦੇ ਨੇ ਲਾਇਆ ਸੀ। ਝੂਠ ਬੋਲਣ ਤੇ ਅੱਲਾ ਦੀ ਲਾਣਤ, ਮੈਂ ਵੀ ਝੂਠ ਨਹੀਂ ਬੋਲਦਾ, ਲੇਕਿਨ ਉਸ ਬੰਦੇ ਨਾਲ ਡੀਲ ਨਹੀਂ ਸੀ ਮੇਰੀ ਬਣੀ ਹੈਗੀ। 80,000 ਰੁਪਈਏ 'ਚ ਇਸ ਕਬੂਤਰ ਦਾ ਵਾਕਈ ਹੀ ਸੌਦਾ ਹੋਇਆ ਸੀਗਾ, ਲੇਕਿਨ ਫਿਰ ਲੈਣ ਦੇਣ ਨਹੀਂ ਸੀ ਹੋਇਆ ਕਿਸੇ ਵਜ੍ਹਾ ਦੇ ਨਾਲ, ਹੈ ਨਾ, ਸਾਡੀ ਕੋਈ ਵਜ੍ਹਾ ਬਣ ਗਈ, ਅਸੀਂ ਫਿਰ ਉਹਨਾਂ ਲੈਣ ਦੇਣ ਨਹੀਂ ਸੀ ਕੀਤਾ ਕਿਸ ਮਾਮਲੇ 'ਚ। ਬਹੁਤ ਅੱਛੇ ਬੱਚੇ ਕੱਢਦਾ ਵਾ, ਗਵਾਚਣ ਵਾਲੀ ਇਹ 'ਚ ਜ਼ੀਰੋ ਬੜਾ ਜ਼ੀਰੋ ਰੇਸ਼ੋ ਆ। ਮਾਸ਼ਾਅੱਲਾ, ਹੋਰ ਤੁਸੀਂ ਸ਼ੌਕ ਕਰ ਲਓ। ਹੁਣ ਜਿਹੜੀ ਤੁਸੀਂ ਮੇਰੇ ਖੁੱਡੇ ਦੀ ਜਾਨ ਲੈ ਕੇ ਜਾਣੀ ਹੈ ਨਾ, ਮੈਨੂੰ ਉਹਦੇ 'ਤੇ ਜ਼ਰਾ ਥੋੜ੍ਹਾ ਜਿਹਾ ਹੋਰ ਸਬਰ ਹੌਂਸਲਾ ਕਰ ਲੈਣ ਦਿਉ, ਮਿਹਰਬਾਨੀ ਤੁਹਾਡੀ। ਤੁਸੀਂ ਕਰੋ ਸ਼ੌਕ ਜਿਹੜਾ ਕਬੂਤਰ ਦੇਖਣਾ ਚਾਹੁੰਦੇ ਹੋ, ਅਤੇ ਮੈਂ ਲਓ ਜੀ ਮਾਸ਼ਾਅੱਲਾ ਉਸਤਾਦ ਉਹਨਾਂ ਨੇ ਇੱਕ ਹੋਰ ਕਬੂਤਰ ਫੜਿਆ ਵਾ ਭਾਈ ਜਾਨ, ਮਾਸ਼ਾਅੱਲਾ ਜੀ। ਮੈਨੂੰ ਕਹਿੰਦੇ ਸੀ ਉਹ ਕਬੂਤਰ ਫੜ ਕੇ ਦਿਖਾ, ਮੈਂ ਕਿਹਾ ਕੱਪੜੇ ਨਾਲ ਗੰਦੇ ਹੁਣ ਵਾਪਸ ਕਿਉਂ ਨਾ ਜਾ। ਉਸਤਾਦ ਜੀ ਇੱਧਰ ਨੂੰ ਸਿੱਧੇ ਹੋ ਕੇ ਦਿਖਾਓ ਜੀ। ਉਸਤਾਦ ਜੀ ਇਸ ਕਬੂਤਰ ਦੀ ਹੁਣ ਖੂਬੀ ਤੁਸੀਂ ਦੱਸਣੀ ਆ ਕਿ ਕੀ ਖੂਬੀਆਂ ਇਸ ਕਬੂਤਰ ਦੇ ਵਿੱਚ। ਉਸਤਾਦ ਹੋਣੀ ਜਨਾਬ ਹੁਣ ਫੜੇ ਕਬੂ, ਉਸਤਾਦ ਜੀ ਇੱਧਰ ਰੋਸ਼ਨੀ ਹੈ ਨਾ, ਮੈਂ ਰੋਸ਼ਨੀ ਮੈਂ ਇੱਦਾਂ ਹੋ ਜਾਓ ਬਸ, ਠੀਕ ਹੈ ਠੀਕ ਹੈ। ਇੱਥੇ ਹੁਣ ਸ਼ੌਕ ਕਰਾਓ ਜ਼ਰਾ ਇਸ ਕਬੂਤਰ ਦੇ ਬਾਰੇ। ਹੁਣ ਤੁਸੀਂ ਦੇਖੋ ਨਾ, ਇੰਨੇ ਕਬੂਤਰ ਮੇਰੇ ਕੋਲ ਫਿਰਨ ਦੇ, ਤੁਸੀਂ ਮੈਨੂੰ ਕਹਿੰਦੇ ਵੀ ਇਹਦਾ ਕਬੂਤਰ ਦਾ ਹਾਅ ਕੱਢ ਗਿਆ ਹੈ। ਮਾਸ਼ਾਅੱਲਾ, ਬਹੁਤ ਪਿਆਰੀ ਚੀਜ਼ ਆ, ਬਹੁਤ ਹੀ ਅੱਛਾ ਕਬੂਤਰ ਆ। ਇਹ ਤੁਸੀਂ ਨਹੀਂ ਦੱਸਣਾ, ਮੈਂ ਤੁਹਾਨੂੰ ਦੱਸਦਾ ਇਹ ਕਬੂਤਰ ਤੁਹਾਡੇ ਕੋਲ ਸ਼ਾਮ ਉੱਡਿਆ ਸ਼ਾਮ ਤੱਕ ਕਿ ਨਹੀਂ? ਬਿਲਕੁਲ 110% ਉੱਡਿਆ ਵਾ। ਸਰ ਇਹ ਕਬੂਤਰ ਰਾਤ ਨੂੰ ਹਨੇਰੇ 'ਚ ਵੀ ਬਗੈਰ ਲਾਈਟਾਂ ਤੋਂ ਵੀ ਘਰ ਬਹਿੰਦਾ ਹੋਣਾ ਵਾ। ਅੱਛਾ, ਇਹ ਬਿਲਕੁਲ, ਮੈਂ ਆਵਾਜ਼ ਕੱਟੀ, ਮਾਜ਼ਰਤ ਚਾਹੁੰਦਾ ਜੀ। ਹੁਣ ਉਸਤਾਦ ਜੀ, ਲੋਕ ਕਈ ਕਹਿੰਦੇ ਆ ਜੀ ਫੇਕ ਆ ਜੀ, ਝੂਠ ਆ, ਏਡਾ ਇਲਮ ਨਹੀਂ। ਹੁਣ ਇਹ ਚੀਜ਼ ਦੀ ਦੇਖੋ ਮੈਂ ਜਾਣਦਾ ਜੇ ਤੁਸੀਂ ਜਾਣਦੇ ਆ, ਇਹ ਮੈਨੂੰ ਸਮਝ ਨਹੀਂ ਲੱਗੀ ਤੁਸੀਂ ਇਹ ਕਿੱਦਾਂ ਗੱਲ ਜ਼ਾਹਿਰ ਕੀਤੀ ਕਿ ਰਾਤ ਨੂੰ ਲਾਈਟਾਂ ਤੋਂ ਬਗੈਰ ਬੈਠਾ। ਔਰ ਮੈਂ 100% ਇਸ ਚੀਜ਼ 'ਤੇ ਐਗਰੀ ਕਿ ਇਹ ਇੱਦਾਂ ਹੀ ਬਹਿੰਦਾ ਹਨੇਰਿਆਂ 'ਚ ਵੀ ਬੈਠਾ, ਰਾਤ ਨੂੰ ਵੀ ਬੈਠਾ, ਔਰ ਇਹਦਾ ਗਵਾਹ ਮੈਂ ਨਹੀਂ, ਅਕਰਾਮ ਭਾਈ ਆ ਜਨਾਬ ਆਪਣੇ ਜੇਲਮ ਦੇ, ਉਹ ਵੀ ਇਸ ਚੀਜ਼ ਦੇ ਗਵਾਹ। ਇਹਦਾ ਭਰਾ ਦਿੱਤੀ, ਭੈਣ ਦਿੱਤੀ ਸੀ ਇਹਦੀ, ਔਰ ਰਾਤ ਨੂੰ ਹਨੇਰਿਆਂ 'ਚ 7-7 ਵਜੇ ਲਾਈਟਾਂ ਤੋਂ ਬਗੈਰ ਬਹਿੰਦਾ ਰਿਹਾ। ਉਹਨੇ ਮੈਨੂੰ ਤਰੀ ਵੀ ਕੀਤੀ ਇਸ ਪੱਠੇ ਦੇ। ਕਬੂਤਰ ਜਿਹੜਾ ਨਾ, ਇਹਦੀ ਅੱਖ ਦੇ ਵਿੱਚ ਇਹ ਕੁਆਲਿਟੀ ਹੈਗੀ ਆ। ਅੱਛਾ, ਇਸ ਕਬੂਤਰ ਦੀ ਅੱਖ ਦੇ ਵਿੱਚ ਇਹ ਕੁਆਲਿਟੀ ਹੈਗੀ ਆ ਕਿ ਕਬੂਤਰ ਹਿੱਲੇ ਨਾ ਅੱਖ ਦਾ। ਕਬੂਤਰ ਰਾਤ ਨੂੰ ਹਨੇਰੇ ਦੇ ਵਿੱਚ ਵੀ ਘਰ ਹੀ ਆਏਗਾ। ਬੜੀ ਗੱਲ ਆ ਉਸਤਾਦ ਜੀ। ਔਰ ਇੱਕ ਇਹਦਾ ਆਪਣਾ ਅੱਖ ਅਤੇ ਦੂਸਰਾ ਇਹਦੇ ਪੰਜਿਆਂ ਦੇ ਵਿੱਚ ਹੈ ਕਿ ਪੰਜੇ ਕਬੂਤਰ ਘਰ ਦਾ ਬਹੁਤ ਪੱਕਾ ਹੈਗਾ। ਬੜੀ ਗੱਲ ਆ, ਪੰਜਿਆਂ ਦੀ ਕੁਆਲਿਟੀ ਤੋਂ ਇਹਦੀ ਜੋ ਪਤਾ ਚੱਲ ਰਿਹਾ ਵਾ ਕਿ ਕਬੂਤਰ ਘਰ ਦਾ ਬਹੁਤ ਪੱਕਾ। ਦੇਖੋ ਨਾ, ਇਹ ਹੁਣ ਇੱਕ ਅੱਛੇ ਉਸਤਾਦ ਦੀ ਜਿਹੜੀ ਹੁਣ ਰਜ਼ਵਾਨ ਭਾਈ ਸਾਨੂੰ ਉਸਤਾਦ ਸਾਡੇ ਨੇ ਸਮਝਾਈ ਸੀ, ਅੱਖ ਦੇ ਵਿੱਚ ਇਹ ਕੁਆਲਿਟੀ ਹੋਵੇ ਨਾ, ਠੀਕ ਹੋ ਗਿਆ, ਜੋ ਮਰਜ਼ੀ ਹੋ ਜਾਵੇ ਕਬੂਤਰ ਘਰ ਹੀ ਬਹੂਗਾ। ਰਾਤ ਨਾ ਵੀ ਲਾਈਟਾਂ ਤੇ ਲੱਗਾ, ਲੋਕ ਕਹਿੰਦੇ ਲਾਈਟਾਂ ਤੇ ਲੱਗਾ, ਹਾਂਜੀ ਹਾਂਜੀ, ਕਬੂਤਰ ਤੇ ਰਾਤ ਨੂੰ ਘਰ ਨਹੀਂ ਬਹਿੰਦੇ, ਠੀਕ ਹੋ ਗਿਆ, ਇਹ ਆ ਕੇ ਤੁਹਾਡੀ ਕੰਧ ਨਾਲ ਨਾ ਚਿਮੜੇ, ਲੇਕਿਨ ਆਏਗਾ ਘਰ ਹੀ ਰਾਤ ਨੂੰ। ਇਹੀ ਗੱਲ ਮੈਂ ਹੁਣ ਬੜਾ ਹੈਰਾਨ ਆ ਤੁਹਾਡੀ ਇਹ ਗੱਲ ਸੁਣ ਕੇ ਕਿ ਮਤਲਬ ਕਿ ਤੁਸੀਂ ਮੈਨੂੰ ਪੁੱਛਿਓ ਬਗੈਰ ਤੁਸੀਂ ਇਸ ਗੱਲ ਕਬੂਤਰ ਦਾ ਨਿਚੋੜ ਕੱਢ ਕੇ ਰੱਖ ਦਿੱਤਾ ਮੂਹਰੇ। ਇਹ ਮੇਰਾ, ਮੈਂ ਤੁਹਾਨੂੰ ਦੱਸ ਦਿੰਦਾ ਭਾਜੀ, ਮੇਰੇ ਕੋਲ ਇੱਕ ਵੱਡਾ ਜ਼ਾ ਕਬੂਤਰ ਸੀਗਾ, ਉਮਰ ਭਾਈ ਆ ਹਾਫਜ਼ਾਬਾਦ ਦੇ, ਉਹਨਾਂ ਕੋਲ ਇਹਦਾ ਪਿਓ ਹਜੇ ਵੀ ਹੈਗਾ, ਔਰ ਇਸ ਚੀਜ਼ ਦੇ ਉਹ ਵੀ ਗਵਾਹ ਵਾ ਕਿ ਇਹਦੇ ਬੱਚੇ ਵਾਕਈ ਲਾਈਟਾਂ ਦੇ ਬਹਿੰਦੀ ਉਹਦੇ ਕੋਲ ਮੌਜੂਦ ਆ ਜੀ। ਇਹ ਤੁਸੀਂ ਬਹੁਤ ਵੱਡੀ ਪੁਆਇੰਟ ਦੀ ਗੱਲ ਕੀਤੀ ਆ, ਮੈਂ ਤੁਹਾਡੇ ਨਾਲ ਬੜਾ ਐਗਰੀ, ਔਰ ਬੜੀ ਗੱਲ ਆ ਕਿ ਛੋਟੀ ਜਿਹੀ ਉਮਰ 'ਚ ਉਸਤਾਦ ਨੇ ਤੁਹਾਨੂੰ ਐਡੀ ਵੱਡੀ ਕਬੂਤਰਬਾਜ਼ੀ ਸਿਖਾਤੀ ਆ। ਬਿਲਕੁਲ ਉਸਤਾਦ, ਉਹਨਾਂ ਨੇ ਹਰ ਚੀਜ਼ ਦੱਸੀ ਹੋਈ ਆ, ਅਲਹਮਦੁਲਿਲਾ, ਕੋਈ ਚੀਜ਼ ਨਹੀਂ ਸਾਡੇ ਤੋਂ ਯਾਨੀ ਕਿ ਲਗਾਈ। ਉਹ ਅਕਸਰ ਉਸਤਾਦ ਕੀ ਕਰਦੇ ਆ, ਕੋਈ ਚੀਜ਼ ਜਾਂ ਕੋਈ ਨੁਸਖਾ ਬਣਾਉਣਾ ਹੋਵੇ, ਚਲੋ ਜ਼ਰਾ ਤੁਸੀਂ ਬਾਹਰ, ਮੈਂ ਜ਼ਰਾ ਕੱਢ ਕੇ ਲਿਆਇਆ ਅੰਦਰੋਂ ਜਾਂ ਇੱਦਾਂ ਕਰ ਲਵਾਂ, ਉਹਨਾਂ ਨੇ ਆਪ ਚੀਜ਼ਾਂ ਮੰਗਵਾਉਣੀਆਂ, ਜਾਓ ਪੁੱਤਰ ਆਹ ਚੀਜ਼ ਫੜ ਲਿਆਓ, ਉੱਥੋਂ ਆਹ ਚੀਜ਼ ਫੜ ਲਿਆਓ, ਤੁਹਾਨੂੰ ਵੀ ਸਮਝ ਲੱਗੇ, ਸਾਨੂੰ ਵੀ ਸਮਝ ਲੱਗੇ, ਫਿਰ ਕਹਿਣਾ ਤੁਸੀਂ ਆਪ ਪਹਿਲੋਂ ਬੈਠੋ ਮੇਰੇ ਸਾਹਮਣੇ ਬਣਾਓ। ਬੜੀ ਗੱਲ ਆ ਜੀ, ਬੜੀ ਗੱਲ, ਬਣਾ ਕੇ ਤੇ ਆਹ ਚੀਜ਼ਾਂ ਜਿਹੜੀਆਂ, ਫਿਰ ਕਬੂਤਰ ਦੀ ਪਰਖ ਦੱਸਣੀ, ਜੋੜੇ ਜਦੋਂ ਲਾਣੇ ਉਹਨਾਂ ਦੇ ਫਿਰ ਦੱਸਣਾ ਕਿ ਸਾਹ ਜੀ ਆਹ ਜੋੜਾ ਜਿਹੜਾ ਤੁਸੀਂ ਲਾਇਆ।
ਤੁਸੀਂ ਹੈ ਨਾ ਆਪਣਾ ਕੋਈ ਹੋਰ ਕਬੂਤਰ ਲਿਆਓ, ਕੋਈ ਲਿਆਓ ਪਰਵਾਜ਼ੀ, ਮੈਂ ਤੁਹਾਨੂੰ ਉਹਦੇ ਵੀ ਉਹ ਚੀਜ਼ਾਂ ਦੱਸ ਦਿੰਦਾ ਵਾਂ ਕਿ ਉਹ 'ਚ ਕੀ ਕੁਆਲਿਟੀਆਂ ਹੋਣਗੀਆਂ ਅੱਲਾ ਦੀ। ਚਲੋ ਚਲੋ ਠੀਕ ਹੋ ਗਿਆ ਜੀ, ਇਹ ਭਾਅ ਜੀ ਫੜਿਓ ਮੋਬਾਈਲ, ਇੱਦਾਂ ਹੀ ਚੱਲਣ ਦਿਆਂ ਬਾਅਦ ਵੀਡੀਓ ਚਾਹ ਰਹੀ ਮੈਂ, ਇੱਕ ਪਰਵਾਜ਼ੀ ਫੜ ਲਿਆਓ ਤੁਸੀਂ, ਇਨਸ਼ਾ ਅੱਲਾ ਅੱਲਾ ਦੀ ਇਹੀ ਚੀਜ਼ ਹੋਏਗੀ। ਅੱਛਾ ਭਾਅ ਜੀ, ਇਹ ਮੇਰਾ ਕਬੂਤਰ ਇੱਕ ਹੈਗਾ ਪਰਵਾਜ਼ੀ ਆ ਜੀ, ਠੀਕ ਆ ਜੀ, ਅਤੇ ਇਹ ਕਬੂਤਰ ਦਾ ਨਾਮ ਵੀ ਮੈਂ ਬਾਅਦ 'ਚ ਦੱਸੂੰਗਾ, ਮਾਸ਼ਾ ਅੱਲਾ ਮੇਰਾ ਪਰਵਾਜ਼ੀ ਕਬੂਤਰ ਆ। ਅਤੇ ਹੁਣ ਇਹਦੇ ਬਾਰੇ ਵੀ ਤੁਸੀਂ ਦੱਸੋ ਵੀ ਇਹਦੀ ਅੱਖ 'ਚ, ਕਿਉਂਕਿ ਉਹਦੀ ਅੱਖ ਲਾਲ ਸੀਗੀ, ਉਹ 'ਚ ਰਿੰਗ ਸੀਗੇ, ਤੁਸੀਂ ਦੱਸਤਾ ਵੀ ਇਹਦੀ ਅੱਖ 'ਚ ਕਿਆ ਹਨੇਰਿਆਂ ਜੀ, ਜਾਂ ਦਿਨ 'ਚ ਜਾਂ ਲਾਈਟ ਤੋਂ ਬਗੈਰ ਬਹਿਣ ਦੀ ਕਾਬਲੀਅਤ ਹੈਗੀ ਆ ਜੀ, ਇਹ ਕਬੂਤਰ ਜ਼ਰਾ ਚੈੱਕ ਕਰਕੇ ਦੱਸੋ। ਲਓ ਜੀ ਭਾਅ ਜੀ, ਤੁਹਾਡੇ ਸਾਹਮਣੇ ਲਾਈਵ ਆ ਚੱਲਣ ਦੀ, ਅਤੇ ਇਹ ਕਬੂਤਰ ਮੈਂ ਹੁਣ ਦਿਖਾਇਆ ਜੀ ਦੋਸਤਾਂ ਨੂੰ, ਪਤਾ ਵਾ ਜੀ ਇਹ ਮੇਰਾ ਕੱਜੂ ਕਬੂਤਰ ਆ ਭਾਈ ਜਾਨ, ਔਰ ਇਹ ਕਬੂਤਰ ਦੀ ਕੁਆਲਿਟੀ ਨੂੰ ਉਸਤਾਦ ਹੋਣੀ ਦੱਸ, ਮੈਂ ਕਿਹਾ ਹੁਣ ਉਸਤਾਦ ਤੋਂ ਥੋੜ੍ਹਾ ਦੂਰ ਹੋ ਜਾਈਏ ਕਿਤੇ ਦੋਸਤ ਕਹਿਣ ਨਾ, ਉਸਤਾਦ ਜੀ ਥੋੜ੍ਹਾ ਜਿਹਾ ਸਿੱਧਾ ਹੋ ਜਾਓ ਇੱਧਰ ਨੂੰ, ਮੈਂ ਸ਼ੌਕ ਵੀ ਕਰਾਉਣਾ ਚਾਹ ਰਿਹਾ ਤਾਂ ਉਹਦੀ ਲੋਕਾਂ ਨੂੰ ਪਤਾ ਵੀ ਲੱਗੇ, ਇਲਮ ਸਿੱਖਣ ਦੋਸਤ ਕਬੂਤਰਬਾਜ਼ੀ ਦਾ, ਲਾਜ਼ਮੀ ਨਹੀਂ ਕਿ ਵੱਡੇ ਉਸਤਾਦ ਨੇ ਕਬੂਤਰ ਇਲਮ ਸਿਖਾਉਣਾ, ਇੱਕ ਤੁਹਾਡੇ ਵਰਗੇ ਨਾਰਮਲ ਜੇ ਪ੍ਰੈਕਟੀਕਲੀ ਉਸਤਾਦ ਨੇ ਵੀ ਸਾਨੂੰ ਇਲਮ ਸਿਖਾ ਦੇਣਾ ਵਾ ਜੀ। ਅੱਛਾ ਸ਼ਬਾਦ ਭਾਈ, ਜਿਸ ਤਰ੍ਹਾਂ ਉਸ ਕਬੂਤਰ 'ਚ ਕੁਆਲਿਟੀ ਸੀ ਨਾ, ਹਾਂਜੀ, ਸੇਮ ਕੁਆਲਿਟੀ ਇਸ ਕਬੂਤਰ ਦੇ ਵਿੱਚ ਹੈਗੀ ਹੈ, ਔਰ ਇਹ ਜਿਹੜਾ ਕਬੂਤਰ ਹੈਗਾ ਨਾ। ਅੱਛਾ ਜੀ ਉਸਤਾਦ ਜੀ, ਇਹਦੇ ਪਰ, ਅੱਖਾਂ ਅਤੇ ਪੰਜਿਆਂ ਦੇ ਵਿੱਚ ਇਹ ਕੁਆਲਿਟੀ ਹੈਗੀ ਆ ਕਿ ਕਬੂਤਰ ਜਿਹੜਾ ਨਾ ਤੁਹਾਡਾ ਖੁਦਾ ਨਾ ਖਾਸਤਾ ਰਾਤ ਰਹਿ ਜਾਵੇ, ਠੀਕ ਹੈ, ਕੀ ਕਹਿੰਦੇ ਇਹਨੂੰ ਘਰ ਨਹੀਂ ਲੱਭਦਾ, ਠੀਕ ਹੈ, ਇਹ 8 ਦਿਨ ਵੀ ਕਿਤੇ 10 ਦਿਨ ਵੀ ਰੁਲਦਾ ਰਹੇ ਨਾ, ਇਹ ਕਿਸੇ ਦੇ ਘਰ ਨਹੀਂ, ਕਬੂਤਰਾਂ 'ਚ ਨਹੀਂ ਬੈਠੇਗਾ ਯਾਰ। ਉਸਤਾਦ ਮਰਜ਼ੀ ਹੋ ਜਾਵੇ ਕਬੂਤਰ ਘਰ ਆਏਗਾ, ਦੇਖੋ ਦੋਸਤੋ ਅਗਰ ਲਾਗੇ ਹੋਇਆ ਤੇ। ਹੁਣ ਇਸ ਚੀਜ਼ ਦਾ ਜਾਂ ਮੈਨੂੰ ਇਲਮ ਆ ਜਾਂ ਮੇਰੇ ਇਸ ਕਬੂਤਰ ਨੂੰ ਇਲਮ ਆ, ਇਹਨਾਂ ਨੂੰ ਤਾਂ ਇਲਮ ਨਹੀਂ ਹੈਗਾ, ਠੀਕ ਆ। ਇਹ ਕਬੂਤਰ ਕੱਜੂ ਕਬੂਤਰ ਦੇ ਤੁਸੀਂ ਗਵਾਹ ਵਾਂ ਕਿ ਪਿਛਲਾ ਜਿਹੜਾ ਹੁਣ ਚੇਤਰ ਵਿਸਾਖ ਉਸਤਾਦ ਜੀ ਲੰਘੇ ਆਣਾ, ਹੁਣ ਤੁਹਾਡੀ ਮੂੰਹ ਦੀ ਤਾਰੀਫ ਨਹੀਂ, ਮੈਂ ਪਰੇਸ਼ਾਨ ਹੋ ਗਿਆ ਤੁਹਾਡੀਆਂ ਗੱਲਾਂ ਸੁਣ ਕੇ, ਅਤੇ ਇਹ ਚੀਜ਼ਾਂ ਤੁਸੀਂ ਕਿੱਥੋਂ ਦੱਸਤੀਆਂ। ਅੱਜ ਜੇਡ ਦੇ ਵਿੱਚ ਵੀਡੀਓ ਲੱਗੀ ਮੇਰੀ ਜਨਾਬ, ਆ ਚੇਤਰ ਵਿਸਾਖ ਦੇ ਕੱਪ 'ਚ, ਇਹ ਮੇਰਾ ਕਬੂਤਰ ਬਾਜ਼ੀ ਤੋਂ ਬੁੱਧ ਵਾਲੇ ਦਿਨ ਇਹ ਗਾਇਬ ਹੋ ਗਿਆ ਜੀ, ਇਹ ਉੱਤੋਂ ਹੀ ਨਹੀਂ ਆਇਆ, ਬੱਦਲ ਪਿਆ ਕਬੂਤਰ ਚਲਾ ਗਿਆ, ਇਹਨੂੰ ਛੱਡੋ ਜ਼ਰਾ ਉਸਤਾਦ ਜੀ, ਇਹਦੇ ਪੈਰਾਂ ਦੇ ਵਾਲ ਵੀ ਹੋਣੇ ਆ ਜੀ, ਆ ਰੰਗ ਵੀ ਮੇਰਾ ਪੁਰਾਣਾ ਲੱਗਾ, ਕੋਈ ਨਹੀਂ ਬਹਿਰਾਂ ਦੇ ਉੱਤੇ ਪਰ ਨਾ ਤੋੜ ਦਿਓ, ਮੈਂ ਬਾਜ਼ੀ ਲਾਉਣੀ ਆ ਅੱਜ। ਲਓ ਜੀ, ਇਹ ਮੇਰਾ ਕੱਜੂ ਕਬੂਤਰ ਭਾਈ ਜਾਨ, ਉਸਤਾਦ ਜੀ ਇਹ ਕਬੂਤਰ ਮੇਰਾ ਜਨਾਬ ਇਹ ਚਲਾ ਗਿਆ, ਮੈਂ ਜਿਹਨੇ ਬੰਦੇ ਨੇ ਮੈਨੂੰ ਕਬੂਤਰ ਦਿੱਤਾ ਸੀ ਮੈਨੂੰ ਫੋਨ ਕੀਤਾ, ਮੈਂ ਕਿਹਾ ਉਹਦਾ ਨਾਂ ਕੱਜੂ ਆ, ਉਹਦੇ ਨਾਂ ਤੋਂ ਇਸ ਕਬੂਤਰ ਦਾ ਨਾਮ ਰੱਖਿਆ, ਮੈਂ ਕਿਹਾ ਭਾਅ ਜੀ ਤੁਸੀਂ ਆ ਕਬੂਤਰ ਨੂੰ ਦਿੱਤਾ ਸੀ ਇਹ ਕਬੂਤਰ ਨਾ ਮੇਰਾ, ਇਹ ਆਇਆ ਨਹੀਂ, ਉਹਨੇ ਕਿਹਾ ਸਾਕੀ ਭਾਈ 15 ਦਿਨ ਇਸ ਕਬੂਤਰ ਦਾ ਇੰਤਜ਼ਾਰ ਕਰੀ ਇਸ ਕਬੂਤਰ, ਔਰ ਅੱਲਾ ਦੀ ਕਸਮੇ ਮੈਂ ਝੂਠ ਨਹੀਂ ਬੋਲਦਾ, ਅੱਲਾ ਦਾ ਮਾਫ਼ੀ ਮੰਗਦਾ ਵਾਂ, ਠੀਕ ਆ ਇੱਕ ਗੱਲ ਹੈਗੀ ਤੁਸੀਂ ਦੱਸੀ ਆ ਉਹ ਤੁਹਾਡੀ ਮਿਹਰਬਾਨੀ ਆ, ਤੁਸੀਂ ਵੀ ਆਖਰ ਕੋਈ ਪ੍ਰੈਕਟੀਕਲ ਕੀਤੇ ਅਤੇ ਇਸ ਕੰਮ ਤੱਕ ਪਹੁੰਚੇ ਨਾ। ਇਹ ਕਬੂਤਰ ਭਾਅ ਜੀ ਬੁੱਧ ਵਾਲੇ ਦਿਨ ਗਿਆ ਸੀ, ਅਗਲੇ ਬੁੱਧ ਵਾਲੇ ਦਿਨ ਹੀ ਉਹ ਵਾਪਸ ਆਇਆ, ਇਹ ਕਬੂਤਰ 8 ਦਿਨਾਂ ਬਾਅਦ ਜਿੱਦਣ ਮੇਰੇ ਕੋਲ ਆਇਆ ਮੈਂ ਬੜਾ ਰਾਜ਼ੀ, ਮੈਂ ਵੀਡੀਓ ਲੱਗੀ ਯੂਟਿਊਬ 'ਤੇ, ਵੀਡੀਓ ਲੱਗੀ ਆ ਜਨਾਬ ਮੇਰਾ ਯੂਟਿਊਬ ਚੈਨਲ ਆ ਦੀ ਪਿਜਨ ਕਾਰ ਨਾ, ਕਿ ਇਹਦੇ ਇਸ ਕਬੂਤਰ 'ਚ ਕੁਆਲਿਟੀ ਹੈਗੀ ਆ ਕਿ ਅਗਰ ਖੁਦਾ ਨਾ ਖਾਸਤਾ ਕੋਈ ਕਿਸੇ ਵਜ੍ਹਾ ਤੋਂ ਤੂਫਾਨ ਹਨੇਰੀ ਦੀ ਵਜ੍ਹਾ ਤੋਂ ਦੂਰ ਚਲੇ ਜਾਵੇ, ਲੇਕਿਨ ਇਹ ਕਿਸੇ ਦੇ ਘਰ ਨਹੀਂ ਬੈਠੇਗਾ, ਔਰ 110% ਕੋਸ਼ਿਸ਼ ਕਰੇਗਾ ਕਿ ਮੈਂ ਆਪਣੇ ਘਰ ਵਾਪਸ। ਇਹ ਉਸਤਾਦ ਜੀ ਰਾਤ ਨੂੰ ਮੈਂ ਲਾਈਟਾਂ ਤੋਂ ਬਗੈਰ ਲਾਇਆ, ਇਹ ਵਾਹਦ ਕਬੂਤਰ ਜਿਹੜਾ ਮੇਰੇ ਕੋਲ ਲਾਈਟਾਂ ਤੋਂ ਬਗੈਰ ਰਾਤ ਨੂੰ 10-10 11 ਗਰਮੇ ਬਹਿਣਦਾ। ਇਹਦੀਆਂ ਅੱਖਾਂ ਤੇ ਵੀ ਪੱਟੀ ਬੰਨ ਦਿਓ ਨਾ, ਕਬੂਤਰ ਘਰ ਹੀ ਆਏਗਾ, ਬੜੀ ਗੱਲ ਆ ਯਾਰ। ਤੇ ਇਹ ਕਬੂਤਰ ਉਹ ਆ ਜਿਹੜਾ 8ਵੇਂ ਦਿਨ ਆ ਗਿਆ ਬੁੱਧਲ ਤੇ, ਮੈਂ ਬੜੀਆਂ ਲੁੱਡੀਆਂ ਪਾਈਆਂ ਨੱਚਿਆ, ਤੇ ਮੈਂ ਫਿਰ ਇਹਨੂੰ ਅਗਲੇ ਦਿਨ ਬਾਈ 'ਚ ਪਾਤਾ, ਮੁਨਸਾ ਮੈਨੂੰ ਕਹਿੰਦਾ ਤੇਰਾ ਦਿਮਾਗ ਖਰਾਬ ਆ, ਮੈਂ ਕੀ ਹੋਇਆ, ਕਹਿੰਦਾ ਭਾਅ ਜੀ ਇਹ ਕਬੂਤਰ ਉੜਨ ਵਾਲੇ ਨੇ ਜਿਹਨੂੰ ਪਾਇਆ, ਮੈਂ ਕੀ ਹੋਇਆ, ਕਹਿੰਦਾ ਸੁੱਜਿਆ ਵਾ ਇਹਦੇ ਪੈਰਾਂ ਨੂੰ, ਦੇ ਮਿੱਟੀ ਜਿੱਦਾਂ ਲੱਗੀ ਹੈ ਨਾ, ਇੱਕ ਤੇ ਪੈਲੀਆਂ ਪੂਲੀਆਂ 'ਚ ਰੁਲਦਾ ਆਇਆ ਵਾ ਇਹ ਕਬੂਤਰ ਜਨਾਬ, ਇਹ ਮੇਰਾ ਉਹ ਕੱਜੂ ਕਬੂਤਰ ਹੈ ਹੀ, ਬਹੁਤ ਪਿਆਰਾ, ਬਹੁਤ ਪਿਆਰਾ ਮਾਸ਼ਾਅੱਲਾ। ਅਗਲੇ ਤੁਹਾਡਾ ਕਬੂਤਰ ਗਿਜਿਆ ਨਾ ਨਾ ਹੁੰਦਾ ਤੇ 1-10 ਚ ਵੀ ਮਹਿੰਗਾ ਕੋਈ ਨਹੀਂ ਹੈਗਾ। ਅੱਛਾ ਜੀ, ਮੰਨੋ ਉਸਤਾਦ ਜੀ, ਲੇਕਿਨ ਗੱਲ ਪਤਾ ਕੀ ਆ, ਦੇਖੋ ਕਬੂਤਰ ਨੂੰ ਜੋੜਿਆਂ 'ਚ ਪਾਇਆ ਜਾਵੇ, ਔਰ ਯਕੀਨ ਮੰਨੋ
ਇਸੇ ਕਬੂਤਰ ਦੇ ਇੱਕ ਬੱਚੇ ਜਿਹੜੇ ਬਣਾ ਕੇ ਉਡਾਏ ਜਾਂਦੇ ਤੁਹਾਡੇ ਸੱਤ ਸੱਤ ਦੇ ਗਿਆਰਾਂ ਗਿਆਰਾਂ ਦੀਆਂ ਬਾਜ਼ੀਆਂ ਦੇ ਵਿੱਚ ਇਹ ਕਬੂਤਰ ਉੱਡਣ, ਤੁਹਾਡਾ ਕਬੂਤਰ ਹੀ ਕੋਈ ਨਾ ਜਾਇਆ ਹੋਵੇ ਔਰ ਬਗੈਰ ਨੁਕਸਿਆਂ ਤੋਂ ਸ਼ਾਮ ਸ਼ਾਮ ਤੱਕ ਉੱਡਣ ਵਾਲੇ ਬਿਲਕੁਲ ਬੱਚੇ ਹੋਣੇ ਦੇ। ਔਰ ਉਸਤਾਦ ਜੀ ਨਾਲੇ ਗੱਲ ਪਤਾ ਕੀ ਆ, ਇਹ ਕਬੂਤਰ ਨੂੰ ਮੈਂ ਪਹਿਲੇ ਜੋੜਿਆਂ 'ਚ ਲਾਈ ਲਿਆ ਜਦੋਂ ਮੈਂ ਲਿਆਂਦਾ, ਇਹ ਕਬੂਤਰ ਬੁੱਤ ਨਹੀਂ ਸੀ ਪਾਉਂਦਾ ਹੈਗਾ, ਯੰਗ ਪੱਠਾ ਵਾ, ਹੁਣ ਉੱਡ ਲਿਆ ਇਹਨੇ ਦੋ ਸੀਜ਼ਨ, ਹੁਣ ਸ਼ਾਇਦ ਇਹ ਬੁੱਤ ਪਾਲਵੇ ਕਿਉਂਕਿ ਬਾਹਰੋਂ ਕਬੂਤਰ ਆਇਆ ਸੀਗਾ ਤੇ ਮੈਂ ਇਸ ਕਬੂਤਰ ਬੜੀ ਗੱਲ ਆ ਜੀ ਇਹਨੂੰ ਮੈਂ ਡਾਉਣਾ ਨਹੀਂ ਉਸਤਾਦ ਜੀ ਤੁਹਾਡੇ ਮਸ਼ਵਰੇ ਦੇ, ਇਸ ਕਬੂਤਰ ਨੂੰ ਮੈਂ ਡਾਉਣਾ, ਇਹਨੂੰ ਮੈਂ ਡੱਕ ਦੇਵਾਂ, ਇਹਨੂੰ ਤਾਂ ਮੈਂ ਡਾਉਣਾ ਹੀ ਨਹੀਂ ਨਾ ਹੁਣ, ਤੁਸੀਂ ਵੀ ਕਹਿ ਤਾ ਮੈਨੂੰ ਕਿੰਨੇ ਬੰਦਿਆਂ ਨੇ ਕਹਿ ਤਾ ਇਸ ਕਬੂਤਰ ਨੂੰ ਨਾ ਉਡਾਈ, ਠੀਕ ਆ ਜੀ, ਇਹਨੂੰ ਮੈਂ ਛੱਡਣ ਲੱਗਾ ਜੀ। ਹੁਣ ਅਗਲੀ ਗੱਲ ਰਹਿ ਗਈ ਉਸਤਾਦ ਜੀ, ਤੁਸੀਂ ਇੱਕ ਕਬੂਤਰ ਮੇਰੇ ਕੋਲ ਲੈਣਾ ਵਾ ਜੀ। ਅੱਛਾ ਜੀ, ਉਹ ਕਬੂਤਰ ਹੁਣ ਤੁਸੀਂ ਆਪਣਾ ਪਸੰਦ ਦਾ ਕੱਢੋ ਜਨਾਬ ਕਬੂਤਰ, ਮੈਂ ਲਾਈਵ ਦੇਖਾਂ ਕਿਹੜਾ ਕਬੂਤਰ ਆ, ਵੀਡੀਓ ਚੱਲ ਰਹੀ ਆ ਜੀ, ਅਸੀਂ ਵੀਡੀਓ ਨਾ ਬੰਦ ਕਰਨੀ ਨਾ ਅਸੀਂ ਬ੍ਰੇਕ ਲਾਉਣੀ ਆ, ਉਹ ਜਿਹੜਾ ਤੁਸੀਂ ਤੁਹਾਡੇ ਉਸਤਾਦ ਨੇ ਵੀ ਉਹਦੀ ਤਾਰੀਫ ਕੀਤੀ ਜਾਂ ਕੱਢਿਆ ਉਹ 'ਚ ਕੀ ਖੂਬੀ, ਮੈਂ ਵੀ ਦੇਖਾਂ ਜਨਾਬ। ਐਸਨ ਭਾਈ ਮੇਰੇ ਨਾਲ ਆ, ਐਸਨ ਭਾਈ ਤੁਸੀਂ ਜ਼ਿਆਦਾ ਕਬੂਤਰ ਫਿਰ ਨੀਵੀਂ ਦੇ ਤਾਂ ਮਤਲਬ ਉਡਾਉਂਦੇ ਆ? ਬਿਲਕੁਲ ਜੀ, ਇਹਨਾਂ ਦੇ ਨਾਲ ਹੀ ਹੁੰਦੇ ਆ ਜੀ, ਅਸੀਂ ਇਹਨਾਂ ਦੇ ਘਰ ਦੇ ਪੱਠੇ ਸਾਡੇ ਕੋਲ ਦੇ। ਅੱਛਾ, ਬਿਲਕੁਲ। ਅੱਛਾ ਇਹਨਾਂ ਉਸਤਾਦ ਜੀ ਤੁਸੀਂ ਨੀਵੀਂ ਦਾ ਵੀ ਸ਼ੋਅ ਕਰਦੇ ਹੋ ਜੀ? ਹਾਂ ਜੀ, ਨੀਵੀਂ ਮਿਕਸ ਹੀ ਮਿਕਸ ਹੀ ਆਈ ਆਪਣੇ। ਅੱਛਾ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਅੱਛਾ ਉਸਤਾਦ ਜੀ, ਅੱਛਾ ਤੁਸੀਂ ਇਹ ਕਬੂਤਰ ਲੈਣਾ ਹੈ ਮੇਰੇ ਕੋਲੋਂ ਜੀ? ਹਾਂਜੀ, ਇਹ ਕਬੂਤਰ ਤੁਹਾਡੇ ਕੋਲੋਂ ਅਸਲ ਜਿਹੜਾ ਲੈਣਾ ਹੈ ਉਹ ਇਹ ਕਬੂਤਰ ਹੈਗਾ ਜੀ। ਅੱਛਾ ਜੀ, ਇਹਨੂੰ ਇਹ ਦਰਅਸਲ ਕਬੂਤਰ ਬੇਸਿਕਲੀ ਹੈ ਜਿਹੜਾ ਉੱਚੀ ਦਾ ਵਾ। ਅੱਛਾ, ਤੇ ਲੇਕਿਨ ਇਹ ਨੀਵੀਂ ਵਾਲਿਆਂ 'ਚ ਵੀ ਸ਼ੁਮਾਰ ਹੋ ਜਾਏਗਾ। ਠੀਕ, ਜਿਸ ਤਰ੍ਹਾਂ ਇਹਦੀ ਯਾਨੀ ਕਿ ਕੁਆਲਿਟੀ ਹੈਗੀ ਹੈ। ਅੱਛਾ, ਔਰ ਇਹ ਕਬੂਤਰ ਕਿਆ ਬਾਤ ਆ ਜੀ, ਮੇਰੇ ਸਾਦੇ ਮੋਹਤਰਮ ਨੂੰ ਇਹ ਕਬੂਤਰ ਬਹੁਤ ਪਸੰਦ ਹੈਗਾ। ਅੱਛਾ, ਕੀ ਕਹਿੰਦੇ ਇਹ ਕਬੂਤਰ ਆ ਜਿਹਦਾ ਅਸੀਂ ਤੁਹਾਨੂੰ 1,10,000 ਦੇਣਾ ਵਾ। ਅੱਛਾ ਜੀ, ਹੁਣ ਮੈਂ 1,10,000 ਤੁਹਾਨੂੰ ਦਿਖਾਵਾਂ ਵੀ ਕਿ ਇੱਦਾਂ ਹੀ ਯਕੀਨ ਕਰੋਗੇ ਜਨਾਬ? ਗੱਲ ਹੈਗੀ ਇਹ ਵੀ ਤੁਸੀਂ ਯਕੀਨ ਨਹੀਂ ਕਰਨਾ ਤੇ ਮੈਂ ਤੁਹਾਡੇ ਸਾਹਮਣੇ 1,10,000 ਦਿਖਾ ਵੀ ਦੇਣਾ ਭਾਈ ਜੀ। ਤੁਸੀਂ ਕਹੋ ਤੇ ਪੈਸੇ ਵੀ ਕੱਢ ਕੇ ਕੀ ਕਹਿੰਦੇ ਭਾਈ ਹੋਣਾ ਨੂੰ ਆਪਣਾ ਦੇ ਦਿੰਨੇ ਆ ਤੇ ਭਾਈ ਨਹੀਂ ਨਹੀਂ ਸਰ ਰੱਖੋ 1 ਮਿੰਟ ਉਹ ਕਰ ਲੈਣੇ। ਅੱਛਾ 1 ਮਿੰਟ, ਅੱਛਾ ਗੱਲ ਤਾਂ ਸੁਣੋ, ਨਹੀਂ ਤੁਸੀਂ ਪੈਸੇ ਫੜੋ ਨਾ ਯਾਰ ਭਾਜੀ, 1,10,000 ਗਿਣੋ ਪੂਰਾ ਕੀ ਕਹਿੰਦੇ ਭਾਈ ਜਾਨ। ਨਹੀਂ ਨਹੀਂ ਯਾਰ ਪੈਸੇ ਮੈਂ ਗਿਣ ਲੈਣਾ ਵਾ ਤੁਹਾਡੇ ਪੈਸੇ ਜਨਾਬ, ਮੇਰੇ ਹੱਥ ਵਿੱਚ 100-100 ਵਾਲੇ ਨੋਟ ਵੀ ਆ, ਮੇਰਾ ਖਿਆਲ ਕਿਤੇ ਜੰਜ ਲੋਟ ਕੇ ਲਿਆ। ਕਬੂਤਰ ਦਾ ਸ਼ੌਕ ਰਹਾ ਭਾਜੀ, ਪੈਸੇ ਫੜੋ ਭਾਜੀ, ਪੈਸੇ ਫੜੋ 100-100 ਵਾਲਾ ਵਾ ਕੀ ਕਹਿੰਦੇ। ਅੱਛਾ ਜੀ, ਬਗਾਇਆ ਜਿਹੜੇ 1,000-1,000 ਕੋਈ ਨਹੀਂ, ਮੈਂ ਪੈਸੇ ਆਪਾਂ ਕੈਮਰੇ ਤੇ ਸਾਨੂੰ ਕਿਹੜੀ, ਅਸੀਂ ਲੋਕਾਂ ਨੂੰ ਦਿਖਾਵਾ ਥੋੜੀ ਜਨਾਬ ਕਰਨਾ ਵਾ, ਸਾਨੂੰ ਕਿਹੜੀ ਲੋੜ ਆ, ਤੁਸੀਂ ਕਬੂਤਰ ਦਿਖਾਓ ਜਨਾਬ ਕਿਹੜਾ ਕਬੂਤਰ ਹੈ। ਲੋ ਸਰ ਇਹ ਕਬੂਤਰ ਆ ਕੀ ਕਹਿੰਦੇ, ਅਸੀਂ ਦਿਖਾਵਾ ਥੋੜੀ ਕਰਨਾ, ਸਾਡੇ ਨਾਲ ਤੁਸੀਂ, ਮੈਂ ਭਾਵੇਂ ਤੁਹਾਨੂੰ 500 ਦਾ ਦਿੱਤਾ ਹੋਵੇ ਜੀ ਜੀ। ਹਾਂਜੀ, ਚਲੋ ਜੀ ਸ਼ੌਕ ਕਰੋ ਜਨਾਬ ਇਸ ਕਬੂਤਰ ਦਾ ਜੀ। ਇਹ ਜਨਾਬ ਇਹ ਕਬੂਤਰ ਆ ਜੀ, 1,10,000 ਰੁਪਏ ਦਾ ਜਨਾਬ ਇਹਨਾਂ ਨੇ ਇਹਨਾਂ ਦੇ। ਅੱਛਾ ਉਸਤਾਦ ਜੀ, ਹੁਣ ਤੁਸੀਂ ਇਹਦੇ 'ਚ ਵੀ ਦੱਸੋ, ਇਹ 'ਚ ਰਾਤ ਨੂੰ ਬਿਠਾਉਣ ਦੀ ਖੂਬੀ ਹੈਗੀ ਆ ਜਾਂ ਇਹ ਨਹੀਂ ਬਿਠਾਏਗਾ, ਕੀ ਕਰੇਗਾ ਇਹ? ਇਹ ਵੀ ਕਬੂਤਰ ਸੇਮ ਕੁਆਲਿਟੀ, ਜਿਸ ਤਰ੍ਹਾਂ ਤੁਸੀਂ ਆਪਣਾ ਕੱਜੂ ਕਬੂਤਰ ਨਹੀਂ ਦੱਸਿਆ, ਠੀਕ ਹੈ ਜੀ, ਉਹ ਸੇਮ ਕੁਆਲਿਟੀਆਂ ਇਸ ਕਬੂਤਰ ਦੇ ਵਿੱਚ। ਸਿੱਧੇ ਹੋ ਜਾਓ, ਇੱਧਰ ਹੀ ਆਓ, ਇੱਧਰ ਹੀ ਆਓ, ਜ਼ਰਾ ਤੁਸੀਂ ਘੁੰਮੀ ਜਾਂਦੇ ਹੋ, ਮਤਲਬ ਸੇਮ ਕੁਆਲਿਟੀਆਂ ਜਿਹੜੀਆਂ ਇਹੀ ਇਸ ਕਬੂਤਰ ਦੇ ਵਿੱਚ ਹੈਗੇ। ਮਾਸ਼ਾਅੱਲਾ ਇਹਦਾ ਪਰ ਤੁਸੀਂ ਚੈੱਕ ਕਰੋ, ਵਾਹ ਕੀ ਬਾਤ ਹੈ, ਕੀ ਬਾਤ ਹੈ ਜੀ, ਕੀ। ਇਨਸ਼ਾਅੱਲਾ ਅੱਲਾ ਦੀ ਮਿਹਰਬਾਨੀ ਨਾਲ 2-2 ਦਿਨ ਵੀ ਬੱਚੇ ਉੱਡ ਕੇ ਨਹੀਂ ਥੱਕਣਗੇ ਇਹਦੇ। ਅੱਛਾ, ਇਨਸ਼ਾਅੱਲਾ ਅੱਲਾ ਦੀ ਮਿਹਰਬਾਨੀ ਨਾਲ, ਕੀ ਬਾਤ ਹੈ ਜੀ। ਔਰ ਇਹ ਕਬੂਤਰ ਜਿਹੜਾ ਵਾ ਮੈਨੂੰ ਤੁਸੀਂ ਆਪਣਾ ਕੀ ਕਹਿੰਦੇ ਦੱਸਣ ਦੀ ਜ਼ਰੂਰਤ ਨਹੀਂ ਤੁਹਾਨੂੰ, ਲੇਕਿਨ ਇਹ ਕਬੂਤਰ ਜਿਹੜਾ ਕਰਾਚੀ ਵਾਲੇ ਕਬੂਤਰਾਂ ਦੇ ਵਿੱਚੋਂ ਹੈਗਾ ਵਾ, ਕੀ ਕਹਿੰਦੇ ਉਹ ਭਾਜੀ ਗੱਲ ਪਤਾ ਕੀ। ਅੱਛਾ, ਤੁਸੀਂ ਇਹਦਾ ਮਤਲਬ ਇਦਾਂ ਦੇ ਕਬੂਤਰ ਅੱਗੇ ਤੁਹਾਡੇ ਕੋਲ ਮੌਜੂਦ ਆ ਜੀ? ਜੀ ਬਿਲਕੁਲ ਉਸਤਾਦ, ਉਹਨਾਂ ਕੋਲ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ। ਇਹ ਜਿਹੜੇ ਬੰਦੇ ਕੋਲ ਮੈਂ ਲਿਆਂਦਾ ਸੀ ਨਾ, ਉਹਨੇ ਵੀ ਮੈਨੂੰ ਇਹੀ ਕਹੀ, ਕਹਿੰਦੇ ਕਰਾਚੀ ਦੀ ਨਸਲ ਆ, ਇੱਕ ਕਰਾਚੀ ਦੀ ਨਸਲ, ਕਿਉਂਕਿ ਇਹ ਕਬੂਤਰ ਲੱਭਦੇ ਨਹੀਂ ਹੈਗੇ, ਕੀ ਕਹਿੰਦੇ ਇਹਨੂੰ ਕੱਲ ਚੋਚੇ। ਅੱਛਾ, ਬਹੁਤ ਖਾਸ ਕਬੂਤਰ ਨੇ ਔਰ ਹਰ ਬੰਦੇ ਕੋਲ ਇਹ ਨਸਲ ਨਹੀਂ ਹੈਗੀ, ਕੀ ਕਹਿੰਦੇ ਆ ਦੇਖੋ ਹੋਏਗੀ ਉਹ। ਇਹ ਦੇਖੋ ਜੀ, ਬਿਲਕੁਲ ਜੀ, ਇਹ ਦੇਖੋ ਤੇ, ਇਹ ਦੇਖੋ ਇਹ ਕਾਲੇ ਪਰ ਵੀ ਆ ਰਹੇ, ਇੱਥੇ ਲਗੋਟ ਵੀ ਆ ਜੀ, ਜਿਹੜੇ ਬੱਚੇ ਕੱਢੇਗਾ ਨਾ ਇਹਦੇ ਵਿੱਚ ਚਿੱਟੇ ਕਲਦੁੰਬੇ ਬੱਚੇ ਵੀ ਕੱਢੇਗਾ। ਅੱਛਾ,
ਨੋਕ ਚੈੱਕ ਕਰੋ ਜੀ, ਨੋਕ ਵੀ ਕਾਲੀ ਸਰ, ਔਰ ਇਹਦੇ ਪੰਜੇ ਵੀ ਕਾਲੇ ਸ਼ਾਹ ਜਾਮਣੀ ਪੰਜੇ, ਇਹ ਕਾਲੇ ਪੰਜੇ ਜਨਾਬ, ਵਿੱਚ ਚਿੱਟੇ ਪੰਜੇ ਵੀ ਆ। ਇਹਨਾਂ ਨੇ ਹੁਣ ਪਤਾ ਨੀ ਇਹ ਕਰਕੇ ਦੇਖ ਕੇ ਕਿਹਾ ਵਾ ਵੀ ਹਾਈ ਫਲਾਇਰ ਵੀ ਬਣਾਏਗਾ, ਲੋ ਫਲਾਇਰ ਵੀ ਬਣਾਏਗਾ ਜਨਾਬ ਕਬੂਤਰ। ਬਿਲਕੁਲ ਇਸੇ ਤਰ੍ਹਾਂ ਵਜੂਦ ਕਬੂਤਰ ਦਾ ਭਾਈ ਦੇ ਦੋਵਾਂ ਥਾਂ ਚੋਂ ਆਉਂਦੇ ਆ। ਹਾਂਜੀ ਕਬੂਤਰ ਮਾਸ਼ਾਅੱਲਾ ਜਿਹੜਾ ਵਾ ਪੂਰਾ ਭਾਈ ਹੈਗਾ। ਮੈਂ ਕਰਾਚੀ ਵਾਲਿਆਂ ਦਾ ਇੰਟਰਵਿਊ ਸੁਣਨ ਦਿਆ ਸੀਗਾ, ਉਹ ਕਹਿੰਦੇ ਫੈਸਲਾਬਾਦ ਜਾਂ ਪੰਜਾਬ ਦੇ ਵਿੱਚ ਕਹਿੰਦੇ ਜਿਹੜਾ ਚਿੱਟਾ ਹੋਵੇ ਉਹ ਨੀਵੀਂ ਦਾ ਹੁੰਦਾ। ਉਹਨਾਂ ਨੇ ਵੀ ਇਦਾਂ ਹੀ ਕਬੂਤਰ ਕੱਢਿਆ, ਉਹਨਾਂ ਨੇ ਕਿਹਾ ਇਹ ਕਬੂਤਰ ਹਾਈ ਫਲਾਇਰ ਆ, ਲੇਕਿਨ ਉਹਨੇ ਕਲਸੀਰਾ ਕਬੂਤਰ ਕੱਢਿਆ ਤੇ ਕਹਿੰਦੇ ਲੋ ਫਲਾਇਰ ਆ। ਲੋ ਫਲਾਇਰ ਆ, ਬਿਲਕੁਲ ਇਸੇ ਤਰ੍ਹਾਂ। ਔਰ ਇਹ ਓਰੀਜਨਲ ਬੇਸਿਕਲੀ ਜਿਹੜਾ ਕਬੂਤਰ ਹੈ ਹਾਈ ਫਲਾਇਰ ਹੈਗਾ। ਖੋਲੋ ਇਹਦਾ ਪਰ ਪੂਰਾ ਖੋਲੋ ਜ਼ਰਾ, ਇਹ ਦੇਖੋ ਜੀ। ਲੋ ਜੀ ਮੇਰੇ ਲਈ ਤਾਂ ਭਾਈ ਜੀ ਡੁੱਬਣ ਦਾ ਮੁਕਾਮ ਨੀਗਾ ਜੀ, ਮੇਰੇ ਲਈ ਤਾਂ ਬੜੀ ਖੁਸ਼ੀ ਦੀ ਗੱਲ ਆ। ਇਹਦੇ ਬਾਰੇ ਵੀ ਪੁੱਛ ਰਹੀ ਹੈ ਉਸਤਾਦ ਹੁਣਾਂ ਕੋਲੋਂ ਜਨਾਬ ਕਬੂਤਰ ਦੀ, ਕਿ ਮਿਹਰਬਾਨੀ ਜਨਾਬ ਉਸਤਾਦ ਹੁਣਾਂ ਦੀ। ਅਤੇ ਇਹ ਕਬੂਤਰ ਮਾਸ਼ਾਅੱਲਾ, ਚਲੋ ਉਸਤਾਦ ਜੀ ਇਹ ਅੱਲਾਹ ਤਾਲਾ ਤੁਹਾਡੇ ਨਸੀਬਾਂ ਹੀ ਕਰੇ ਜੀ, ਪੈਸੇ ਕੋਈ ਨਹੀਂ ਆਪਾਂ ਬਹਿ ਕੇ ਲੈ ਲਵਾਂਗੇ। ਤੁਸੀਂ ਸ਼ਰਮਿੰਦਾ ਕਰ ਦਿੱਤਾ ਮੈਨੂੰ ਲੋਕਾਂ ਨੂੰ, ਅਸੀਂ ਦਿਖਾਵੇ ਲਈ ਤਾਂ ਗੱਲ ਹੀ ਨਹੀਂ ਕੀਤੀ ਕੋਈ ਜਨਾਬ, ਵੀ ਅਸੀਂ ਦਿਖਾਵਾ ਕਰੀਏ ਸਰ। ਨਹੀਂ ਨਹੀਂ ਤੁਸੀਂ ਨਾ ਬਾਅਦ ਚੋਂ ਕਹਿ ਦਿਓ ਕਿ ਨਹੀਂ ਸਰ ਮੈਂ ਦੇਣਾ ਨਹੀਂ ਇੱਕ ਦਸ ਦਾ, ਮੈਂ ਤੇ ਇਹਦਾ 1.5 ਲੱਖ ਲੈਣਾ ਵਾ, ਇਸ ਕਰਕੇ ਵੀਡੀਓ ਬਣੀ ਹੋਏਗੀ ਨਾ, ਤੇ ਤੁਸੀਂ ਕਹੋਗੇ ਕਿ ਭਾਈ ਇੱਕ ਦਸ ਦੇ। ਨਹੀਂ ਮੇਰੇ ਲਈ ਭਾਜੀ ਮੈਂ ਤਾਂ ਪਤਾ ਨਹੀਂ 20,000 ਦਾ ਵੀ ਕੋਈ ਮੰਗਦਾ ਤਾਂ ਮੈਂ ਦੇ ਦੇਣਾ ਸੀਗਾ, ਤੁਸੀਂ ਮੈਨੂੰ 1.5 ਦੀ ਸੌਦਾ ਹੋਇਆ ਡੀਲ। ਇਹ ਦੇਖੋ ਜੀ ਉਸਤਾਦ ਜੀ, ਇਹ ਮੈਂ ਕੱਲ ਕਬੂਤਰ ਦੁਪਹਿਰੇ ਤਕਰੀਬਨ ਕੋਈ 1:30 ਵਜੇ ਫੜਿਆ ਵਾ, ਬੜੀ ਬੁਰੀ ਹਾਲ ਸੀ, ਪੱਠਾ ਜਿਹਾ ਵਾ, ਪਤਾ ਨਹੀਂ ਪੱਠੀ ਆ। ਇਹ ਮੈਂ ਆਪੀ ਹਿਸਾਬ ਲਿਆ ਵੀ ਗੋਲਡਨ ਕਬੂਤਰ ਮੀਆਂ ਨਜ਼ੀਰ ਸਾਹਿਬ ਵਾਲੀ, ਕੋਣਾ ਚੋਂ ਕਿਸੇ ਦੀ ਪੱਠੀ ਪੱਠਾ ਆਇਆ ਵਾ ਇਹਦੇ ਬਾਰੇ ਦੇ ਵਿੱਚ। ਪਿਓਰਿਟੀ ਚਾ ਜੀ? ਪਿਓਰਿਟੀ ਚ ਮੀਆਂ ਨਜ਼ੀਰ ਸਾਹਿਬ ਵਾਲਾ ਵਾ। ਕੀ ਬਾਤ ਹੈ, ਯਖ ਦਿਖਾਓ ਜੀ ਇਹਦੀ ਕੜੀ ਵੀ ਕਿਸੇ ਉਸਤਾਦ ਨੇ ਚੰਗੀ ਤੜਮਤ ਕਰਕੇ ਪਾਈ ਆ ਜੀ। ਇਹਦੀ ਵੀ ਅੱਖ ਉਸਤਾਦ ਜੀ, ਉਹ ਜਿਹੜਾ ਮੇਰਾ ਉਹ ਕਾਲਾ ਕਬੂਤਰ ਸੀ ਉਹਦੇ ਵਰਗੀ ਨੀਗੀ, ਜ਼ਵਾਕ ਵਰਗੀ ਅੱਖ ਹੈ, ਲੇਕਿਨ ਕੁਆਲਿਟੀ ਉਹ ਨਹੀਂ ਹੈਗੀ ਉਹ ਕਬੂਤਰ ਦੇ ਵਿੱਚ, ਜਿਹੜੀ ਕੁਆਲਿਟੀ ਹੈਗੀ ਨਾ ਉਹ ਕੁਆਲਿਟੀ ਨਹੀਂ ਹੈਗੀ। ਉਹਦਾ ਕਬੂਤਰ ਠੀਕ ਆ, ਜੋੜਿਆਂ ਲਈ ਅਗਰ ਮੈਂ ਰੋਕਾਂ ਤਾਂ ਜੋੜਿਆਂ ਲਈ ਨਹੀਂ, ਇਹਨੂੰ ਤੁਸੀਂ ਉਡਾਣ ਵਾਸਤੇ ਰੱਖ ਲਓ ਵੀ ਇਹਦਾ ਕਬੂਤਰ ਉੱਡੇਗਾ ਬਹੁਤ। ਅੱਛਾ, ਲੇਕਿਨ ਇਹ ਪੱਕਾ ਨਹੀਂ ਹੈਗਾ, ਜਿਸ ਤਰ੍ਹਾਂ ਤੁਹਾਡਾ ਉਹ ਕਾਲਾ ਜ਼ਾਕ ਕਬੂਤਰ ਹੈ ਨਾ, ਉਸ ਤਰ੍ਹਾਂ ਇਹ ਪੱਕਾ ਨਹੀਂ ਗਾ। ਕਿਆ ਬਾਤ ਹੈ, ਜਿਸ ਤਰ੍ਹਾਂ ਇਹ ਉਧਰੋਂ ਆ ਗਿਆ ਨਾ ਹੁਣ, ਤੇ ਇਹਦਾ ਕੋਈ ਪਤਾ ਨਹੀਂ ਕਿ ਇੱਥੋਂ ਵੀ ਤੁਹਾਡੇ ਲੱਗ ਕੇ ਵੀ ਅੱਗੇ ਕਿਤੇ ਚਲੇ ਜਾਏ। ਬੜੀ ਗੱਲ ਹੈ, ਇਹ ਗੱਲਾਂ ਹੁਣ ਸਾਨੂੰ ਨਹੀਂ ਨਾ ਸਮਝ ਆਉਂਦੀਆਂ ਵੀ ਇਹ ਅਸੀਂ ਕਿਹੋ ਸਿੱਖੀਏ ਗੱਲਾਂ ਇਹ ਜਨਾਬ। ਅਤੇ ਬਾਕੀ ਜਨਾਬ ਉਸਤਾਦ ਹੁਣਾਂ ਨੂੰ ਚਾਹ ਪਾਣੀ ਪਿਲਾਈਏ ਉਸਤਾਦ ਜੀ ਤੁਹਾਨੂੰ। ਤੇ ਬਹੁਤ ਅੱਛਾ ਵਾ ਇਹ, ਕੀ ਕਹਿੰਦੇ, ਅੱਛਾ ਜੀ, ਕਿਨੇ ਦਾ ਜਿਹੜਾ ਮਾਂ ਪਿਓ ਨਾ ਉਹਦੀ ਚੇਂਜਿੰਗ ਹੋਵੇ ਤੇ ਫਿਰ ਜਾ ਕੇ ਬੱਚਾ ਜਿਹੜਾ ਵਾ ਆਪਣਾ ਸੈਟਿੰਗ ਚ। ਦੇਖੋ ਦੋਸਤੋ ਇਹ ਗੱਲਾਂ ਜਿਹੜੀਆਂ ਹਰ ਕੋਈ ਬੰਦਾ ਨਾ ਦੱਸਦਾ ਵਾ, ਖੁੱਲ੍ਹ ਗਿਆ ਜਿੰਦਾਂ ਦੇ ਉਸਤਾਦ ਉਹਨਾਂ ਦੇ ਉੱਦਾਂ ਦੇ ਸ਼ਗਿਰਦ ਜਨਾਬ, ਉਹਨਾਂ ਨੇ ਵੀ ਖੁੱਲ੍ਹੀਆਂ ਡੁੱਲੀਆਂ ਗੱਲਾਂ ਕੀਤੀਆਂ, ਸ਼ਗਿਰਦਾਂ ਨੇ ਵੀ ਖੁੱਲ੍ਹੀਆਂ ਡੁੱਲੀਆਂ ਕੀਤੀਆਂ ਜੀ। ਆਹ ਮੇਰੇ ਉੜਨ ਵਾਲੇ ਕੁਛ ਬੱਚੇ ਬਾਹਰ ਫਿਰਦੇ ਆ ਜੀ, ਅਤੇ ਇਹ ਕਬੂਤਰ ਜੀ ਉਸਤਾਦ ਨਹੀਂ ਆਏ, ਉਸਤਾਦ ਉਹਨਾਂ ਨੂੰ ਹੁਣ ਮੈਂ ਚਾਹ ਪਾਣੀ ਪਿਲਾਵਾਂ ਪਹਿਲੇ ਉਸਤਾਦ ਜੀ ਤੁਹਾਨੂੰ, ਅਤੇ ਬਾਕੀ ਗੱਲ ਬਾਅਦ 'ਚ। ਅਤੇ ਬੜੀ ਮਿਹਰਬਾਨੀ ਤੁਸੀਂ ਮੇਰੇ ਕੋਲ ਆਏ ਜਨਾਬ, ਐਸਨ ਭਾਈ ਔਰ ਉਸਤਾਦ ਰਜ਼ਵਾਨ ਸਾਹਿਬ ਤੁਹਾਡੀ ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ, ਦਵਾਵਾਂ ਜੀ ਯਾਦ ਰੱਖਿਓ ਦੋਸਤੋ, ਅੱਲਾ ਹਾਫਿਜ਼। ਕਬੂਤਰ ਆਪਾਂ ਦੇ ਦਿੱਤਾ ਵਾ ਖਾਣੇ ਤੋਂ ਬਾਅਦ, ਫਿਰ ਮੈਂ ਡੱਬੇ ਪਾਰ ਕਰਕੇ ਤੁਹਾਨੂੰ ਦਿੰਦਾ ਜੀ, ਅੱਲਾ ਹਾਫਿਜ਼ ਜੀ, ਬਹੁਤ ਮਿਹਰਬਾਨੀ।